की तुसी खबरां देखदे हो? भावे होवे राजनीति दी गल जां फिर धर्म दी, पंथ दी जां दुनिया दी, किन्नी की सच्चाई है इन्हां खबरां दे विच? मैं हरजिंदर सिंह सैमी और मैं संसार सिंह मान करांगे विचार मुख खबरां ते। देखना ना भुलना खबर दी सार हर वीरवार शामी 6:30 बजे। सिख चैनल देख रहे दर्शकों नूं हरजिंदर सिंह सैमी वालों वाहेगुरु जी का खालसा वाहेगुरु जी की फतेह प्रोग्राम लैके हाजिर होए हैं खबर दी सार हर वीरवार की तरह। सो अज फिर एक बार आप जी सांझ पावांगे ते मेरा साथ दे रहे ने संसार सिंह जी मान जी। बिल्कुल जी, आए वीक की तरह आप हाजिर हो गए जी फिर खबर दी सार लैके। तो सिख चैनल देख रहे सारे ही स्रोतियों नूं मेरे वालों जानी कि संसार सिंह मान दे वालों अदबक सत्कार ते प्यार भरी सत श्री अकाल आदाब नमस्कार ते वाहेगुरु जी का खालसा वाहेगुरु जी की फतेह। सो दोस्तों, सो कोशिश होंदी है कि तुहाडे नाल वध तों वध कोई जानकारियां लैके आईए ते साडे सैमी साहब साडे नाल ने जी। कुछ क गलबात होवेगी खबर दी सार जो कि इंग्लैंड दीआं लोकल खबरां ने ते कुछ क गलबात होवेगी इंडिया दी। ते शुरुआत करदे आं जी, साडे सैमी साहब बैठे ने जी कुछ लोकल खबरां नूं लैके। लोकल खबरां दे विच असीं पता यूरोप वल चलने आं जी, ਜਿੱਥੇ ਕਿ ਗ੍ਰੀਸ ਅਤੇ ਪੋਲੈਂਡ ਦੇ ਵਿੱਚ ਅੱਗ ਨੇ ਜੋ ਤਬਾਹੀ ਮਚਾਈ ਹੋਈ ਹੈ ਕਿਉਂਕਿ ਵੈਦਰ ਕਰਕੇ। ਸੋ ਇਹ ਜਿਹੜੀ ਅੱਗ ਲੱਗੀ ਹੈ ਜੋ ਘਾਹ ਸੜ ਰਿਹਾ, ਸਾਰੇ ਖੇਤ ਸੜ ਰਹੇ ਨੇ ਅਤੇ ਕਾਫੀ ਜਾਨੀ ਨੁਕਸਾਨ ਵੀ ਹੋ ਚੁੱਕਾ ਅਤੇ ਬਹੁਤ ਹੀ ਇਹ ਗਹਿਰੀ ਅੱਗ ਲੱਗੀ ਹੈ ਅਤੇ ਇਹਨੂੰ ਅਟਰੈਕਟ ਕਰਨ ਲਈ, ਇਹਨੂੰ ਖਤਮ ਕਰਨ ਲਈ ਕਾਫੀ ਜ਼ੋਰ ਲੱਗ ਰਿਹਾ ਗੌਰਮੈਂਟਾਂ ਦਾ। ਅਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਇੱਕ ਐਰੋਪਲੇਨ 'ਚ ਦੋ ਜੋ ਅੱਗ ਬੁਝਾਉਣ ਵਾਲੇ ਸਨ ਉਹ ਵੀ ਇਸ ਅੱਗ ਦੇ ਵਿੱਚ ਝੁਲਸੇ ਗਏ। ਸੋ ਬੈਡ, ਕਾਫੀ ਨੁਕਸਾਨ ਹੋਇਆ। ਆਓ ਦੱਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੀ ਕਹਿ ਸਕਦੇ ਹਾਂ ਜੀ, ਸਿਆਣੇ ਨੇ ਕਿਹਾ ਕਿ ਜਿਵੇਂ ਕਿ ਕਹਿ ਦਈਦਾ ਕਿ ਅੱਗ ਅੱਗੇ ਵੀ ਜ਼ੋਰ ਨਹੀਂ ਹੈਗਾ ਅਤੇ ਪਾਣੀ ਅੱਗੇ ਵੀ ਨਹੀਂ ਹੈਗਾ। ਅਤੇ ਸਿਆਣੇ ਨੇ ਇਹ ਵੀ ਕਿਹਾ ਵੀ ਪਾਣੀ ਨੂੰ ਕੋਈ ਬੰਨ ਨਹੀਂ ਮਾਰ ਸਕਦਾ ਅਤੇ ਅੱਗ ਨੂੰ ਵੀ ਕੋਈ ਬਜਾ ਨਹੀਂ ਸਕਦਾ ਕਿਉਂਕਿ ਹਰੇਕ ਚੀਜ਼ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਨਾ, ਜੇ ਲੋੜਵੰਦ ਹੈ ਤਾਂ ਉਹ ਜੀਵਨ ਹੈ ਅਤੇ ਜੇ ਲੋੜ ਤੋਂ ਵੱਧ ਹੈ ਤਾਂ ਮੌਤ ਵੀ ਹੈ। ਜਿਵੇਂ ਕਿ ਹੁਣ ਪਾਣੀ ਦੀ ਆਪਾਂ ਪਹਿਲੇ ਜੇ ਗੱਲ ਕਰ ਲਈਏ, ਪਾਣੀ ਜਿਹੜੇ ਜਦੋਂ ਆਪਾਂ ਥੋੜ੍ਹਾ ਪੀਂਦੇ ਹਾਂ ਅਤੇ ਕੀ ਆ ਸਾਨੂੰ ਜੀਵਨ ਮਿਲਦਾ ਅਤੇ ਜੇ ਉਹ ਹਰ ਦੀ ਤਰ੍ਹਾਂ ਆ ਜਾਵੇ ਤਾਂ ਉੱਥੇ ਮੌਤ ਵੀ ਹੋ ਜਾਂਦੀ। ਸੋ ਇਸੇ ਤਰ੍ਹਾਂ ਹੀ ਅੱਗ ਹੈ ਅਤੇ ਅੱਗ ਦੇ ਵਿੱਚ ਹੁਣ ਜੇ ਦੇਖਿਆ ਤੁਸੀਂ ਅਜਾਨਾਂ ਦੀ ਗੱਲ ਕੀਤੀ ਹੈ, ਕਹਿੰਦੇ ਆ ਕਿ ਫਨਾਹ ਹੋ ਜਾਵੇ ਸਭ ਕੁਛ ਕੋਈ ਗੱਲ ਨਹੀਂ, ਉਹ ਫਿਰ ਬਣ ਜਾਂਦੇ ਨੇ, ਪਰ ਜਿਹੜੀਆਂ ਜਾਨਾਂ ਨੇ ਉਹ ਚਲੇ ਜਾਂਦੀਆਂ, ਜਿਹੜੀਆਂ ਵਾਪਸ ਨਹੀਂ ਆਉਂਦੀਆਂ। ਸੋ ਗੱਲ ਇਹ ਵਿੱਚ ਕਿ ਸੈਮੀ ਸਾਹਿਬ ਹੁਣ ਤੁਸੀਂ ਹੁਣੇ ਹੁਣੇ ਗੱਲ ਕੀਤੀ ਹੈ ਵੀ ਇੱਕ ਪਲੇਨ ਦੇ ਵਿੱਚ ਉੱਥੇ ਦੋ ਪਾਇਲਟ, ਨੈਚੁਰਲੀ ਗੱਲ ਕਿ ਪਲੇਨ ਨੂੰ ਵੀ ਅੱਗ ਲੱਗੀ ਹੋਊਗੀ ਅਤੇ ਪੋਲਿਊਸ਼ਨ ਜਿਹੜਾ ਆ ਤੁਹਾਨੂੰ ਪਤਾ ਕਿ ਅੱਗ ਦਾ ਪੋਲਿਊਸ਼ਨ ਤਾਂ ਹੈਗਾ ਹੀ ਹੈ ਅਤੇ ਜਿਹੜਾ ਹੁਣ ਪਲੇਨ ਨੂੰ ਅੱਗ ਲੱਗੀ ਉਹਦਾ ਵੀ ਜਿਹੜਾ ਫਿਊਲ ਬਲਿਆ ਉਹਦੇ ਵਿੱਚ ਵੀ ਜਿਹੜਾ ਮਟੀਰੀਅਲ ਸੀਗਾ ਉਹਦਾ ਇੰਟੀਰੀਅਰ ਸੀਗਾ ਉਹ ਵੀ ਬਲਿਆ ਵਿੱਚ, ਉਹਦਾ ਵੀ ਇੱਕ ਪੋਲਿਊਸ਼ਨ ਹੈ। ਅਤੇ ਜੇ ਹੁਣ ਆਪਾਂ ਦੇਖੀਏ ਤਾਂ ਆਹ ਜਿਹੜੇ ਬਾਰਿਸ਼ਾਂ ਨੇ ਇਹ ਮੀਂਹ ਨੇ ਇਹ ਵੀ ਤਾਂ ਹੀ ਨਹੀਂ ਹਟ ਰਹੇ ਕਿਉਂਕਿ ਨੈਚੁਰਲੀ ਜਦੋਂ ਉੱਪਰ ਡਰੇਸ਼ਨ ਹੋਣੀ ਹੈ ਅਤੇ ਉਹ ਫਿਰ ਮੀਂਹ ਬਾਰਿਸ਼ ਤਾਂ ਆਉਣੇ ਨੇ। ਅਤੇ ਪੋਲਿਊਸ਼ਨ ਦਾ ਕਾਰਨ ਕੁਝ ਇਹ ਵੀ ਹੈ ਕਿ ਜਿਹੜੇ ਕਿ ਆਹ ਜਿਹੜੀਆਂ ਅੱਗਾਂ ਲੱਗਦੀਆਂ ਨੇ ਅਤੇ ਇਹ ਪੋਲਿਊਸ਼ਨ ਵੀ ਹੈ ਅਤੇ ਪਲੱਸ ਬਾਅਦ ਵਿੱਚ ਆਹ ਮੌਸਮ ਜਿਹੜੇ ਖਰਾਬ ਹੁੰਦੇ ਨੇ, ਬਾਰਿਸ਼ਾਂ ਜਿਹੜੀਆਂ ਨਹੀਂ ਵੀ ਹਟ ਰਹੀਆਂ, ਇਹ ਵੀ ਇਹੀ ਕਾਰਨ ਹੈ ਜੀ। ਅਤੇ ਦੂਸਰੀ ਨਿਊਜ਼ ਹੈ ਜੀ, ਬ੍ਰਿਟਿਸ਼ ਮੈਡੀਕਲ ਅਥਾਰਟੀ ਉਹਨਾਂ ਨੇ ਅੱਜ ਹੀ ਜੋ ਲੇਟੈਸਟ ਨਿਊਜ਼ ਹੈਗੀ ਬ੍ਰੇਕਿੰਗ ਨਿਊਜ਼ ਕਿ ਉਹਨਾਂ ਨੇ ਇਹ ਪਾਸ ਕੀਤਾ, ਉਹਨਾਂ ਨੇ ਇਹ ਖਬਰ ਦਿੱਤੀ ਆ ਕਿ ਜਿਹੜੇ ਜੂਨੀਅਰ ਡਾਕਟਰ ਹੈ ਨਾ ਉਹ 11 ਅਗਸਤ ਤੋਂ ਲੈ ਕੇ 15 ਅਗਸਤ ਤੱਕ 4 ਦਿਨ ਦੀ ਉਹ ਸਟ੍ਰਾਈਕ ਕਰ ਰਹੇ ਆ। ਇਹਦੇ ਵਿੱਚ ਕਾਰਨ ਕੀ ਹੈ? ਕੁਛ ਉਹਨਾਂ ਦਾ ਓਵਰ ਵਰਕ ਜੋ ਕਰ ਰਹੇ ਆ, ਕੁਛ ਉਹਨਾਂ ਦੀ ਲੋਅ ਵੇਜਿਸ, ਕੁਛ ਹੋਰ ਮੁੱਦੇ ਜਿਹੜੇ ਉਹਨਾਂ ਨੇ ਪੇਸ਼ ਕੀਤੇ ਆ ਉਹ ਗੌਰਮੈਂਟ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਪਰ ਗੌਰਮੈਂਟ ਮੰਨ ਨਹੀਂ ਰਹੀ ਅਤੇ ਇਸ ਕਰਕੇ ਉਹ ਸਟ੍ਰਾਈਕ ਉਹਨਾਂ ਡਿਕਲੇਅਰ ਕਰ ਦਿੱਤੀ ਅੱਜ। ਅਤੇ ਪਿਛਲੇ ਵੀਕ ਤੁਹਾਨੂੰ ਯਾਦ ਹੋਣਾ ਮੇਰਾ ਖਿਆਲ ਇੱਕ ਦੋ ਵੀਕ ਪਹਿਲੇ ਜਿਹੜੇ ਅਸੀਂ ਐਪੀਸੋਡ ਕੀਤੇ ਆ ਉਹਨਾਂ ਦੇ ਵਿੱਚ ਵੀ ਆਪਾਂ ਗੱਲਬਾਤ ਕੀਤੀ ਸੀ। ਅਸਲ ਦੇ ਵਿੱਚ ਕਾਰਨ ਫਿਰ ਮਹਿੰਗਾਈ ਦਾ ਹੀ ਆ ਜਾਂਦਾ ਕਿ ਮਹਿੰਗਾਈ ਇੰਨੀ ਕੁ ਹੋ ਗਈ ਹੈ ਜਿਹਦੇ ਵਿੱਚ ਇਹ ਹੈ ਕਿ ਭਾਵੇਂ ਡਾਕਟਰ ਹੋਣ ਭਾਵੇਂ ਨਾਰਮਲ ਬੰਦਾ ਕੋਈ ਵੀ ਹੈ ਉਹਨਾਂ ਨੂੰ ਵਰਕ ਵੱਧ ਤੋਂ ਵੱਧ ਕਰਨਾ ਪੈ ਰਿਹਾ। ਜਿਹੜਾ 8 ਘੰਟੇ ਕੱਢਦੇ ਹੁਣ 8 ਘੰਟੇ ਵੱਲ ਤਾਂ ਗੱਲ ਹੀ ਨਹੀਂ ਰਹੀ ਕੋਈ। ਹੁਣ ਜੇ ਆਪਾਂ 16 ਘੰਟੇ 12 ਘੰਟੇ ਕੰਮ ਕਰਦੇ ਹਾਂ ਤਾਂ ਘਰ ਦਾ ਗੁਜ਼ਾਰਾ ਹੁੰਦਾ ਅਤੇ ਇਹ ਵਿਰੋਧ ਅਤੇ ਪ੍ਰੋਟੈਸਟ ਜਿਹੜੇ ਆ ਇਹ ਹੋਣੇ ਨੇ ਜਿੰਨੀ ਦੇਰ ਤੱਕ ਸਾਡੀ ਵੇਜਸ ਸਾਨੂੰ ਪੂਰੀ ਨਹੀਂ ਮਿਲਦੀ। ਅਤੇ ਇੱਕ ਗੱਲ ਮੈਂ ਹੋਰ ਵੀ ਦੱਸ ਦੇਵਾਂ, ਅਗਰ ਜੇ ਬਾਈ ਦੇ ਵੇ ਇਹ ਪ੍ਰੋਟੈਸਟ ਇੱਦਾਂ ਚੱਲਦੇ ਰਹੇ, ਇਹ ਹੜਤਾਲਾਂ ਇੱਦਾਂ ਚੱਲਦੀਆਂ ਰਹੀਆਂ,
ਡਾਕਟਰ ਜੂਨੀਅਰ ਡਾਕਟਰ ਇਹ ਜਦੋਂ ਘਰ ਬੈਠ ਜਾਂਦੇ ਆ ਤਾਂ ਇਹ ਤੁਹਾਡੇ ਜੀ ਪੀ ਦੇ ਉੱਤੇ ਵੀ ਫਰਕ ਪਏਗਾ। ਸੋ ਗੱਲ ਇਹ ਵਿੱਚ ਕਿ ਜਦੋਂ ਤੁਹਾਡੇ ਜੀ ਪੀ ਦੇ ਉੱਤੇ ਤੁਹਾਡੀਆਂ ਅਪਾਇੰਟਮੈਂਟ ਦੇ ਵਿੱਚ ਫਰਕ ਪੈਂਦਾ ਹੈ ਤਾਂ ਨੈਚੁਰਲੀ ਹੈ ਵੀ ਸਾਡੇ ਜਿੰਨੇ ਵੀ ਘਰ ਦੇ ਵਿੱਚ ਪਰਿਵਾਰ ਬੈਠਾ ਜਾਂ ਹੋਰ ਪਬਲਿਕ ਆ ਜਿਹੜੀ ਇਹ ਖਰਾਬ ਹੋਣਗੇ ਅਤੇ ਬਿਮਾਰੀਆਂ ਜਿਹੜੀਆਂ ਨੇ ਤੁਹਾਨੂੰ ਪਤਾ ਕਿ ਤਕਰੀਬਨ ਘਰਾਂ ਦੇ ਵਿੱਚ ਹੁੰਦੀਆਂ ਨੇ ਅਤੇ ਰਹਿਣੀਆਂ ਵੀ ਨੇ ਅਤੇ ਬਿਮਾਰੀਆਂ ਜਿਹੜੀਆਂ ਨੇ ਲੜਨ ਵਾਸਤੇ ਅਤੇ ਤੁਹਾਨੂੰ ਪਤਾ ਇੱਕ ਤਾਂ ਸਾਡਾ ਜਿਹੜਾ ਇਮਿਊਨਿਟੀ ਸਿਸਟਮ ਹੁੰਦਾ ਇਹ ਜ਼ਰੂਰੀ ਹੈ ਉਹ ਤਾਂ ਤੁਹਾਨੂੰ ਪਤਾ ਹੁਣ ਖੁਰਾਕਾਂ ਦੇ ਮੁਤਾਬਕ ਇੰਨਾ ਜ਼ਿਆਦਾ ਨਹੀਂ ਰਿਹਾ ਅਤੇ ਡਾਕਟਰ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ ਅਤੇ ਜਦੋਂ ਫਿਰ ਅਸੀਂ ਕਾਲ ਕਰਿਆ ਕਰਾਂਗੇ ਤਾਂ ਜੀ ਪੀ ਦੀ ਵੀ ਅਪਾਇੰਟਮੈਂਟ ਜਿਹੜੀ ਹੈ ਸਾਨੂੰ ਕੋਈ ਜਲਦੀ ਨਹੀਂ ਮਿਲ ਲੱਗੀ। ਸੋ ਬੈਸਟ ਇਹ ਹੈ ਕਿ ਇਹਨਾਂ ਦਾ ਵੀ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਮਹਿੰਗਾਈ ਬਹੁਤ ਹੈ ਇਹਨਾਂ ਦੋ ਕੋਲੋਂ ਜਿਹੜਾ ਵਰਕ ਹੈ ਉਸ ਮੁਤਾਬਕ ਹੀ ਲਿਆ ਜਾਵੇ ਜੋ ਕਿ ਰੀਜ਼ਨੇਬਲ ਹੈ ਜੀ ਲੋਡ ਘੱਟ ਕਰਨਾ ਚਾਹੀਦਾ ਕਿਉਂਕਿ ਇਹ ਬੰਦਾ ਇੱਕ ਪਹਿਲੇ ਤਾਂ ਆਪਣੇ ਕੰਮ ਦੇ ਉੱਤੇ ਬਿਜ਼ੀ ਹੁੰਦਾ ਫਿਰ ਇਹ ਨਹੀਂ ਹੈਗਾ ਵੀ ਉੱਥੋਂ ਫ੍ਰੀ ਹੋ ਗਿਆ ਅਤੇ ਉਹ ਫ੍ਰੀ ਹੋ ਗਿਆ ਉਹਦੇ ਘਰ ਦੇ ਵਿੱਚ ਵੀ ਕੁਛ ਇੱਦਾਂ ਦੇ ਕੰਮਕਾਰ ਹੁੰਦੇ ਨੇ ਜਿਹੜੇ ਕਿ ਉਹਨੂੰ ਕਰਨੇ ਪੈਂਦੇ ਨੇ ਕਿਉਂਕਿ ਬੰਦਾ ਉੱਥੇ ਸੋਚਣ ਲੱਗ ਜਾਂਦਾ ਭਾਈ ਅਸੀਂ ਘਰ ਜਾ ਕੇ ਹੋਰ ਸਾਡੇ ਪੈਂਡਿੰਗ ਕਿਹੜੇ ਕੰਮ ਨੇ ਜਿਹੜੇ ਅਸੀਂ ਕਰਨੇ ਆ ਤੋ ਇੰਨਾ ਲੋਡ ਪੈ ਜਾਂਦਾ ਉਹ ਆਪਣੇ ਨਾਂ ਦੇ ਬੱਚਿਆਂ ਨੂੰ ਟਾਈਮ ਦੇ ਪਾਊਗਾ ਨਾ ਆਪਣੀ ਉਹ ਰਿਸ਼ਤੇਦਾਰਾਂ ਨੂੰ ਨਾ ਫੈਮਿਲੀ ਨੂੰ ਨਾ ਯਾਰਾਂ ਦੋਸਤਾਂ ਨੂੰ ਅਤੇ ਫਰਕ ਪਏਗਾ ਅਤੇ ਇਹ ਜਦੋਂ ਫਰਕ ਪਏਗਾ ਤਾਂ ਫਿਰ ਸਾਡੇ ਪਿਆਰਾਂ ਦੇ ਵਿੱਚ ਵੀ ਫਰਕ ਪਊਗਾ ਨੈਚੁਰਲੀ ਉਹਨੇ ਸੋਚਣਾ ਹੈ ਕਿ ਭਾਈ ਹੁਣ ਅਸੀਂ ਕੰਮ ਦੇ ਉੱਤੋਂ ਤਾਂ ਅਸੀਂ ਫ੍ਰੀ ਹੈਗੇ ਨਹੀਂ ਹੁਣ ਅਸੀਂ ਕੰਮ ਦੇ ਵਾਲੇ ਪਾਸੇ ਰਹਿਣਾ ਮਹਿੰਗਾਈ ਬਹੁਤ ਅਸੀਂ ਤਾਂ ਵਰਕ ਕਰਨਾ ਵਾ ਅਤੇ ਜੇ ਮੈਂ ਕਹਾਂਗਾ ਸੈਮੀ ਸਾਹਿਬ ਮੈਂ ਤੁਹਾਡੇ ਘਰ ਆਉਣਾ ਤੁਸੀਂ ਕਿਹਾ ਵੀ ਨਹੀਂ ਪੁੱਤਰਾ ਅੱਜ ਐਂ ਕਰ ਵੀ ਰੁਕ ਜਾ ਜੇ ਅਤੇ ਮੈਂ ਅੱਜ ਕੰਮ ਦੇ ਉੱਤੇ ਹਾਂ ਤੁਹਾਡੇ ਕੋਲ ਵਿਹਲ ਹੀ ਨਹੀਂ ਮਿਲਣਾ ਅਤੇ ਸਾਡੇ ਜਿਹੜੇ ਨਾ ਆਪੋ ਚ ਰਿਲੇਸ਼ਨ ਨੇ ਜਿਹੜੇ ਆਪਣੇ ਪਿਆਰ ਨੇ ਜਿਹੜੇ ਉਹ ਵੀ ਘਟਣਗੇ ਹਾਂਜੀ। ਅਗਲੀ ਖਬਰ ਵੈਸੇ 4-5 ਦਿਨ ਤੋਂ ਆ ਰਹੀ ਸੀ ਨਾਇਜ਼ਲ ਫਰਾਜ਼ ਜਿਹੜਾ ਸੀ ਨਾ ਆਪਣਾ ਯੂਕਿਪ ਦਾ ਲੀਡਰ ਉਹਦੇ ਅਕਾਊਂਟ ਸੀ ਕਾਫੀ ਬੈਂਕਾਂ ਦੇ ਵਿੱਚ ਅਤੇ ਇੱਕ ਬੈਂਕ ਜਾਂ ਨੈਟਵਰਕ ਸੀ ਉਹਦੇ ਨਾਲ ਕਾਫੀ ਚਰਚਾ ਹੋਈ ਕਿਉਂਕਿ ਉਸ ਬੈਂਕ ਨੇ ਉਹਨਾਂ ਦਾ ਉਹਦਾ ਅਕਾਊਂਟ ਕੈਂਸਲ ਕਰ ਦਿੱਤਾ। ਕੀ ਕਾਰਨ ਸੀ? ਕਾਰਨ ਇਹੋ ਸੀ ਕਿ ਇਹ ਪੋਲੀਟੀਕਲ ਇਹਦੇ ਵਿਊ ਹੈਗੇ ਵੱਖਰੇ, ਪਰ ਇਹ ਆ ਕਿ ਅੱਜ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਜਿਹੜੀ ਚੀਫ ਐਗਜ਼ੈਕਟਿਵ ਸੀ ਜੋ ਨੈਟਵਰਕ ਦੀ ਡੇਨ ਐਲੀਸਨ ਉਹਨੇ ਐਕਸੈਪਟ ਕਰ ਲਿਆ ਕਿ ਇਹ ਮੇਰੀ ਗਲਤੀ ਸੀ ਅਤੇ ਮੈਂ ਰਿਜ਼ਾਈਨ ਦੇਣੀ ਆ ਉਹ ਰਿਜ਼ਾਈਨ ਕਰ ਗਈ ਅਤੇ ਨਾਇਜ਼ਲ ਫਰਾਜ਼ ਅੱਜ ਫਿਰ ਉੱਠਿਆ ਕਹਿੰਦਾ ਮੈਨੂੰ ਇਕੱਲਾ ਐਲੀਸਨ ਦਾ ਰਿਜ਼ਾਈਨ ਨਹੀਂ ਚਾਹੀਦਾ, ਮੈਨੂੰ ਸਾਰਾ ਬੋਰਡ ਦਾ ਸੈਂਸਰ ਚਾਹੀਦਾ ਜਿਹਨੇ ਮੇਰੇ 'ਤੇ ਇਲਜ਼ਾਮ ਲਗਾਏ ਆ। ਹੈਂ ਕਹਿੰਦਾ ਮੇਰੇ 'ਤੇ ਹੋਰ ਬੈਂਕਾਂ 'ਚ ਵੀ ਅਕਾਊਂਟ ਹੈਗੇ ਆ ਅਤੇ ਇਹ ਕਿਉਂ ਮਤਲਬ ਕਿ ਮੈਨੂੰ ਉਹਨੇ ਨੇ ਮਤਲਬ ਕਿ ਮੇਰੇ 'ਤੇ ਕਿੰਤੂ ਕਰਕੇ ਮੇਰਾ ਅਕਾਊਂਟ ਬੰਦ ਕਰ ਦਿੱਤਾ। ਸੋ ਉਹਨੇ ਅੱਜ ਇਹ ਡਿਮਾਂਡ ਕੀਤੀ ਆ ਕਿ ਸਿਰਫ ਚੀਫ ਐਗਜ਼ੈਕਟਿਵ ਨਹੀਂ ਸਾਰਾ ਬੋਰਡ ਹੀ ਰਿਜ਼ਾਈਨ ਕਰੇ। ਪਰ ਸੈਮੀ ਸਾਹਿਬ ਇੱਕ ਡਿਫਰੈਂਟ ਮੈਟਰ ਜਿਹਾ ਨਹੀਂ ਕੋਈ ਲੱਗਦਾ ਨਹੀਂ ਇੱਦਾਂ ਕਿ ਇਹ ਵੀ ਜਿਵੇਂ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਪੋਲੀਟੀਕਲ ਵਿਊ ਤੁਹਾਡੇ ਕਿਸੇ ਤਰ੍ਹਾਂ ਵੀ ਹੋ ਸਕਦੇ ਨੇ, ਜਿੱਦਾਂ ਕਿ ਤੁਸੀਂ ਸਪੋਜ਼ ਕਰੋ ਕਿ ਮੇਰੇ ਵਿਚਾਰਾਂ ਨਾਲ ਤੁਸੀਂ ਸਹਿਮਤ ਨਹੀਂ ਹੈਗੇ, ਜਾਂ ਹੁਣ ਇਹ ਗੱਲ ਕਹਿ ਲਈਏ ਕਿ ਡਾਕਟਰ ਕਵੇ ਭਾਈ ਹੁਣ ਤੇਰੇ ਵਿਚਾਰ ਮੈਨੂੰ ਸਹੀ ਨਹੀਂ ਲੱਗਦੇ, ਮੈਂ ਤੇਰਾ ਇਲਾਜ ਹੀ ਨਹੀਂ ਕਰਨਾ, ਹੈਂ ਜਾਂ ਫਿਰ ਮੈਂ ਹੁਣ ਆਹ ਕੰਮਕਾਰਾਂ ਦੇ ਵਿੱਚ ਭਾਈ ਹੋਰ ਵੀ ਕੰਮ ਹੁੰਦੇ ਨੇ ਜਿਹਦੇ ਵਿੱਚ ਇਹ ਹੈ ਕਿ ਇਹ ਇੱਕ ਡਿਫਰੈਂਟ ਮੈਟਰ ਹੈ ਵੀ ਇੱਦਾਂ ਹੋਣਾ ਨਹੀਂ ਚਾਹੀਦਾ ਅਤੇ ਬਾਕੀ ਇਹ ਹੈ ਕਿ ਉਹਦੀ ਇੱਕ ਪਰਸਨਲ ਲਾਈਫ ਹੈ ਉਹ ਇਹ ਜਿਹੜਾ ਸਾਡਾ ਅਕਾਊਂਟਿੰਗ ਹੁੰਦੀ ਹੈ ਸਾਡਾ ਜਿਹੜਾ ਅਕਾਊਂਟ ਹੈ ਇਹ ਇੱਕ ਹੁੰਦਾ ਹੈ ਕਿ ਭਾਈ ਇਹ ਸਾਡੀ ਇੱਕ ਰੇਨਿੰਗ ਡੇ ਵਾਸਤੇ ਸਾਡੀ ਮਨੀ ਜਿਹੜੀ ਹੈ ਇਹ ਅਸੀਂ ਉੱਥੇ ਮਾੜੇ ਵਕਤ ਨੂੰ ਆਉਣ ਵਾਸਤੇ ਅਤੇ ਅਸੀਂ ਇਹਨੂੰ ਇਕੱਠੀ ਕਰਦੇ ਵੀ ਜਦੋਂ ਜ਼ਰੂਰਤ ਪਵੇ ਸਾਡੇ ਪਰਿਵਾਰ ਦਾ ਕੋਈ ਸਾਥੀ ਸਾਡਾ ਸਾਥ ਨਾ ਦੇਵੇ ਜਾਂ ਸਾਡੇ 'ਤੇ ਇੱਦਾਂ ਦੇ ਕੋਈ ਹਾਲਾਤ ਆ ਜਾਣ ਅਤੇ ਅਸੀਂ ਜਦੋਂ ਮਰਜ਼ੀ ਬਿਨ ਪੁੱਛੇ ਜਾ ਕੇ ਅਸੀਂ ਉੱਥੇ ਹੱਥ ਪਾ ਕੇ ਕੱਢ ਲਈਏ। ਇਹ ਹੁਣ ਮਸ਼ੀਨਾਂ ਨੇ ਮਸ਼ੀਨਾਂ 'ਚੋਂ ਕੱਢ ਸਕਦੇ ਹਾਂ, ਅਕਾਊਂਟ ਜਿਹੜਾ ਬੰਦ ਕਰਨਾ ਇਹ ਕੋਈ ਸਹੀ ਗੱਲ ਨਹੀਂ ਹੈਗੀ ਮੇਰੇ ਮੁਤਾਬਕ, ਕੋਈ ਇੱਦਾਂ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ। ਉਹਨੇ ਐਕਸੈਪਟ ਕਰ ਲਿਆ ਜਿਹੜੀ ਹੈ ਨਾ ਡੇਮ ਐਲੀਸਨ ਨੇ ਉਹ ਚੀਫ ਐਗਜ਼ੈਕਟਿਵ ਕਿ ਹਾਂ ਮੇਰਾ ਕਸੂਰ ਸੀ, ਹੈਂ ਮੈਂ ਮਤਲਬ ਕਿ ਸਪੋਜ਼ ਕਰੋ ਜੇ ਉਹਨਾਂ ਨੇ ਗਿਲਟੀ ਫੀਲ ਕਰ ਲਈ ਹੈ ਜੇ ਗਿਲਟੀ ਫੀਲ ਕਰ ਲਈ ਹੈ ਤੇ ਉਹ ਮੈਂ ਕਹਿੰਦਾ ਵੀ ਚਲੋ ਠੀਕ ਆ ਜਿਹਨੇ ਆਪਣੀ ਗਲਤੀ ਮੰਨ ਲਈ ਹੈ ਤੇ ਮੈਂ ਕਹਿੰਦਾ ਇਸ ਤੋਂ ਵੱਡਾ ਕੋਈ ਹੋਣਾ ਹੀ ਨਹੀਂ ਚਾਹੀਦਾ, ਕੋਈ ਮਾਫ ਕਰਨ ਵਾਲਾ ਕਹਿੰਦੇ ਆ ਵੀ ਜਿਹੜਾ ਉਹ ਜ਼ਿਆਦਾ ਮਤਲਬ ਕਿ ਵੀ ਰੱਬ ਹੁੰਦਾ ਭਈ ਜੇ ਗਲਤੀ ਨੂੰ ਮਾਫ ਕਰਦੇ ਆ, ਪਰ ਉਹਨੇ ਆਪ ਖੁਦ ਆਪਣੀ ਗਿਲਟੀ ਫੀਲ ਕਰ ਲਈ ਹੈ ਤੇ ਇਹਦੇ ਤੋਂ ਵੱਡਾ ਨਿਮਰਤਾ ਹੋਰ ਹੋਣੀ ਹੀ ਨਹੀਂ ਚਾਹੀਦੀ ਕੋਈ ਜਿਹਨੇ ਆਪ ਕਿਹਾ ਵੀ ਮੇਰੇ ਕੋਲ ਇਹ ਗਲਤੀ ਹੋਈ ਹੈ। ਨਹੀਂ ਤੇ ਸੈਮੀ ਸਾਹਿਬ ਅਜੀਬ ਆ ਨਾ ਜਿਹੜੀ ਕਹਿੰਦੇ ਨੇ ਵੀ ਆਹ ਉਂਗਲ ਨੂੰ ਹੱਡੀ ਆ ਇਹਨੇ ਤੇ ਇੱਥੋਂ ਹੀ ਘੁੰਮਣਾ ਤੇ ਜੀਵ ਨੂੰ ਕੋਈ ਹੱਡੀ ਨਹੀਂ ਜਿੱਦਣ ਮਰਜ਼ੀ ਘੁੰਮਾ ਲਓ ਉਹ ਵੀ ਕਹਿ ਸਕਦੇ ਵੀ ਮੈਨੂੰ ਮੇਰੀ ਤੇ ਗਲਤੀ ਨਹੀਂ ਹੈਗੀ। ਤੁਹਾਡਾ ਕੀ ਖਿਆਲ ਆ ਕਿ ਜਿਹੜਾ ਹੁਣ ਜਿੱਦਾਂ ਉਹਨੇ ਅੱਜ ਡਿਮਾਂਡ ਕੀਤੀ ਆ ਕਿ ਸਾਰਾ ਬੋਰਡ ਹੀ ਰਿਜ਼ਾਈਨ ਕਰੇ ਕਿ ਇਹ ਅਸੰਭਵ ਆ, ਹੋ ਸਕਦਾ ਵਾ? ਮੈਂ ਕਿਹਾ ਜੀ ਮੈਂ ਸਹਿਮਤ ਬਿਲਕੁਲ ਨਹੀਂ ਹੈਗਾ, ਮੈਂ ਤਾਂ ਕਹਿੰਦਾ ਵੀ ਜੇ ਕੋਈ ਗਲਤੀ ਹੋਈ ਵੀ ਹੈ ਤਾਂ ਉਹਨੂੰ ਬੈਠ ਕੇ ਵਿਚਾਰਿਆ ਜਾਣਾ ਚਾਹੀਦਾ ਭਾਈ ਆਹ ਗੱਲਬਾਤ ਹੋਈ ਹੈ ਅਤੇ ਬਾਕੀ ਇਹ ਹੈ ਕਿ ਸਾਡੇ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਨੇ
ਜਿਹੜੇ ਰਿਸ਼ੀ ਸੋਨਕ ਤੁਹਾਨੂੰ ਪਤਾ ਸਰਕਾਰ ਉਹਨਾਂ ਦੇ ਹੱਥ 'ਚ ਹੁੰਦੀ ਹੈ ਸਭ ਕੁਛ ਇਹ ਹੁੰਦਾ ਵਾ ਪਰ ਜੇ ਹੁਣ ਉਹਨਾਂ ਤੱਕ ਇਹ ਗੱਲ ਹੁਣ ਤੁਹਾਨੂੰ ਪਤਾ ਪਹੁੰਚੀ ਹੈ ਪਰ ਕੋਈ ਨਾ ਕੋਈ ਡਿਸੀਜਨ ਇੱਦਾਂ ਦਾ ਲੈਣਾ ਚਾਹੀਦਾ ਵੀ ਉਹਦੇ ਹੱਕ ਦੇ ਵਿੱਚ ਹੋਣਾ ਚਾਹੀਦਾ ਮੈਂ ਇਸ ਗੱਲ ਨਾਲ ਸਹਿਮਤ ਬਿਲਕੁਲ ਨਹੀਂ ਕਿ ਤੁਹਾਡੇ ਵਿਊ ਦੇ ਉੱਤੇ ਤੁਹਾਡਾ ਪੋਲੀਟੀਕਲ ਵਿਊ ਨਹੀਂ ਹੈਗੇ ਤੁਹਾਡੇ ਵਿਚਾਰ ਚੰਗੇ ਨਹੀਂ ਹੈਗੇ ਅਤੇ ਅਸੀਂ ਮਤਲਬ ਵੀ ਤੁਹਾਡੇ ਨਾਲ ਸਹਿਮਤੀ ਨਹੀਂ ਹੈਗੇ ਅਕਾਊਂਟਾਂ ਤੱਕ ਚੱਲ ਜਾਈਏ ਜੇ ਤਾਂ ਹੋਵੇ ਨਾ ਵੀ ਆਪਾਂ ਨੂੰ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਅਤੇ ਕੋਰਟ ਇੱਕ ਫੈਸਲਾ ਦੇਵੇ ਭਾਈ ਇਹਦਾ ਅਕਾਊਂਟ ਜਿਹੜਾ ਸੀਜ਼ ਕੀਤਾ ਜਾਵੇ ਇਨਫਰੀਜ਼ ਕੀਤਾ ਜਾਵੇ ਬਿਲਕੁਲ ਫਿਰ ਇਸ ਨੂੰ ਗੱਲ ਨੂੰ ਆਪਾਂ ਮੰਨਦੇ ਹਾਂ ਅਦਰਵਾਈਜ਼ ਨਾ ਤਾਂ ਤੁਹਾਨੂੰ ਹੱਕ ਹੈ ਨਾ ਮੈਨੂੰ ਹੱਕ ਕਿਸੇ ਨੂੰ ਵੀ ਨਹੀਂ ਹੱਕ ਹੈਗਾ ਇਹ ਜੀ ਸੋ ਇਸ ਕਰਕੇ ਮੈਂ ਚਾਹੁੰਦਾ ਵੀ ਇੱਦਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਅਗਲੀ ਜਿਹੜੀ ਨਿਊਜ਼ ਆ ਰਹੀ ਹੈ ਬਹੁਤ ਹੀ ਮਤਲਬ ਕਿ ਉਹ ਵੀ ਪ੍ਰਭਾਵਿਤ ਹੈ ਬਹੁਤ ਹੀ ਕਿਉਂਕਿ ਕਹਿੰਦੇ ਜਿਹੜੇ ਮੈਂਟਲ ਹੈਲਥ ਦੇ ਹੈਗੇ ਆ ਨਾ ਮਰੀਜ਼ ਉਹਨਾਂ ਨੂੰ ਜਿਹੜੀ ਪੁਲਿਸ ਦੀ ਕੋਈ ਜ਼ਰੂਰਤ ਨਹੀਂ ਸਿਰਫ ਮੈਡੀਕਲ ਜਿਹੜਾ ਅਥਾਰਟੀ ਆ ਨਾ ਉਹ ਹੀ ਉਹਨਾਂ ਨੂੰ ਮਤਲਬ ਕਿ ਐਕਸੈਪਟ ਕਰੇ ਉਹਨਾਂ ਨੂੰ ਗੱਲਬਾਤ ਕਰੇ ਅਤੇ ਇਹਦੇ 'ਤੇ ਗੌਰਮੈਂਟ ਵੀ ਉਹਦਾ ਸਾਥ ਦੇ ਰਹੀ ਹੈ ਇਹਨਾਂ ਦਾ ਕਿਉਂਕਿ ਉਹ ਚਾਹੁੰਦੀ ਹੈ ਕਿ ਪੁਲਿਸ ਇਸ ਮਾਮਲੇ ਤੋਂ ਵੱਖ ਹੋ ਜਾਵੇ ਅਤੇ ਪੁਲਿਸ ਦਾ ਇਹ ਕੇਸ ਨਹੀਂ ਹੈਗਾ ਪਰ ਮੈਂ ਦੇਖਿਆ ਜਾਏ ਤਾਂ ਮੈਂਟਲ ਹੈਲਥ ਦੇ ਪੀਪਲ ਹੈਗੇ ਆ ਜੇ ਘਰ 'ਚ ਕੋਈ ਹੁਣ ਡਿਸਟਰਬੈਂਸ ਹੋ ਰਹੀ ਆ ਕੋਈ ਭਾਂਡੇ ਟੁੱਟ ਰਹੇ ਆ ਜਾਂ ਕੋਈ ਚੀਜ਼ ਆ ਰਹੀ ਆ ਅਤੇ ਸਭ ਤੋਂ ਪਹਿਲਾਂ ਤਾਂ ਉਹ ਜੇ ਟੈਲੀਫੋਨ ਕਰਨਗੇ ਡਾਕਟਰ ਨੂੰ ਜਾਂ ਕਿਸੇ ਨੂੰ ਹੈ ਡਾਕਟਰ ਨੇ ਪੁਲਿਸ ਜਿਹੜੀ ਆ ਉਹ ਜਲਦ ਝੱਟ ਆ ਜਾਏਗੀ ਹੈ ਇਸ ਕਰਕੇ ਇਹ ਗੌਰਮੈਂਟ ਠੀਕ ਆ ਕਿ ਗਲਤ ਆ ਇਹਦੇ ਬਾਰੇ ਦੱਸੋ ਇਹ ਤਾਂ ਤੁਸੀਂ ਆਪ ਹੀ ਦੱਸਤਾ ਜਿਹੜਾ ਆਪਣਾ ਤੁਹਾਡਾ ਸਵਾਲ ਸੀਗਾ ਤੁਸੀਂ ਆਪ ਹੀ ਦੇ ਦਿੱਤਾ ਮੈਂ ਤਾਂ ਇਹੀ ਗੱਲ ਹੀ ਕਹੂੰਗਾ ਵੀ ਇਹ ਦੇਖ ਲਓ ਕਾਲ ਕਰਕੇ ਵੀ ਡਾਕਟਰ ਪਹਿਲੇ ਆਉਂਦਾ ਕਿ ਪੁਲਿਸ ਪਹਿਲੇ ਆਉਂਦੀ ਹੈ ਪੁਲਿਸ ਇਹੀ ਪਹਿਲੇ ਆਉਂਦੀ ਹੈ ਅਤੇ ਇਹ ਹੱਕ ਇੱਕ ਨਹੀਂ ਖੋਣਾ ਚਾਹੀਦਾ ਮੇਰੇ ਮੁਤਾਬਕ ਬਿਕੋਜ਼ ਘਰ ਦੇ ਵਿੱਚ ਖਾਸ ਕਰਕੇ ਜੈਂਟਸ ਇੱਦਾਂ ਦੇ ਹੈਪਨ ਹੁੰਦਾ ਹੈ ਅਤੇ ਜਦੋਂ ਘਰ ਦੇ ਵਿੱਚ ਕੋਈ ਜਾਂ ਕੋਈ ਲੇਡੀਜ਼ ਆਪਣੇ ਹਸਬੈਂਡ 'ਤੇ ਹੈਵੀ ਹੋ ਜਾਂਦੀ ਜਾਂ ਹਸਬੈਂਡ ਹੋ ਜਾਂਦਾ ਅਤੇ ਕੀ ਹੁੰਦਾ ਕਿ ਉਦੋਂ ਉਹਨੂੰ ਕੰਟਰੋਲ ਦੇ ਵਿੱਚ ਕਰਨ ਵਾਸਤੇ ਫਿਰ ਹੈਲਪ ਦੀ ਜ਼ਰੂਰਤ ਪੈਂਦੀ ਹੈ ਅਤੇ ਹੈਲਪ ਕੀ ਹੁੰਦੀ ਹੈ ਉਸ ਟਾਈਮ ਪੁਲਿਸ ਹੁੰਦੀ ਹੈ ਕਈ ਵਾਰ ਇੱਦਾਂ ਹੁੰਦਾ ਫਿਰ ਜੇ ਆਪਾਂ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਹੱਥੋਂ ਪਾਈ ਹੋ ਜਾਂਦੀ ਹੈ ਹੱਥੋਂ ਪਾਈ ਦੇ ਵਿੱਚ ਮੌਤਾਂ ਵੀ ਹੋ ਜਾਂਦੀਆਂ ਇੱਕ ਲੇਡੀਜ਼ ਦੀ ਮੌਤ ਹੋ ਵੀ ਚੁੱਕੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਹੱਕ ਨੇ ਜੇ ਇਹਨਾਂ ਨੂੰ ਆਪਾਂ ਖੋਹਣੇ ਹਾਂ ਤਾਂ ਸਾਡੇ ਨੁਕਸਾਨ ਹੋਵੇਗਾ ਨੁਕਸਾਨ ਹੋਣ ਦੀ ਇੱਕ ਵਜ੍ਹਾ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਈ ਵਾਰ ਇੱਦਾਂ ਦੀ ਪੁਜੀਸ਼ਨ ਆ ਜਾਂਦੀ ਹੈ ਉਹ ਕਹਿੰਦਾ ਵੀ ਚੰਗਾ ਫਿਰ ਤੂੰ ਮੇਰੀ ਜੇ ਗੱਲ ਨਹੀਂ ਮੰਨਦਾ ਨਾ ਮੇਰੀ ਹਿੰਡ ਨਹੀਂ ਪਗਾਉਂਦਾ ਆ ਮੈਂ ਕੋਠੇ ਤੋਂ ਛਾਲ ਮਾਰਨ ਲੱਗੀ ਜਾਂ ਮਾਰਨ ਲੱਗਾ ਉਸ ਜੀ ਨੂੰ ਬਚਾਉਣ ਵਾਸਤੇ ਉੱਥੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਉਹਨੂੰ ਕੈਚ ਕਰਨਾ ਉਹ ਮੈਨੂੰ ਨਹੀਂ ਪਤਾ ਅਤੇ ਡਾਕਟਰ ਨੂੰ ਨਹੀਂ ਪਤਾ ਹੈਗਾ ਵੀ ਇਹਨਾਂ ਨੂੰ ਕਿਵੇਂ ਫੜਨਾ ਉਹਨਾਂ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹਨੂੰ ਕੰਟਰੋਲ ਕੀਤਾ ਜਾਂਦਾ ਉਹਨਾਂ ਨੂੰ ਫੜ ਕੇ ਸਮਝਾਇਆ ਜਾਂਦਾ ਕੌਂਸਲਿੰਗ ਕੀਤੀ ਜਾਂਦੀ ਹੈ ਅਤੇ ਇਹ ਕਿਸੇ ਹੱਦ ਤੱਕ ਉਹ ਮਰੀਜ਼ ਜਿਹੜਾ ਠੀਕ ਵੀ ਹੋ ਜਾਂਦਾ ਪਰ ਅਗਰ ਜੇ ਪੁਲਿਸ ਇਸ ਮੈਟਰ ਦੇ ਵਿੱਚੋਂ ਟਰਨ ਟੂ ਬੈਕ ਜਾਂਦੀ ਹੈ ਗੋਇੰਗ ਟੂ ਬੈਕ ਜਾਂਦੀ ਹੈ ਤਾਂ ਫਿਰ ਉੱਥੇ ਨੈਚੁਰਲੀ ਹੈ ਕਿ ਨੁਕਸਾਨ ਹੋਰ ਵਧਣਗੇ ਇਹਦਾ ਮਤਲਬ ਕਿ ਗੌਰਮੈਂਟ ਜਿਹੜੀ ਆ ਉਹ ਰੋਂਗ ਆ ਕਿ ਪੁਲਿਸ ਦੀ ਅਥਾਰਟੀ ਜਿਹੜੀ ਆ ਨਾ ਉਹ ਕਹਿੰਦੀ ਪੁਲਿਸ ਜਿਹੜੀ ਆ ਨਾ ਉਹ ਇਹ 'ਤੇ ਬਿਲਕੁਲ ਐਕਸ਼ਨ ਨਾ ਲਵੇ ਇਹ ਡਾਕਟਰ ਐਕਸ਼ਨ ਲੈਣ ਮਤਲਬ ਗੌਰਮੈਂਟ ਮਤਲਬ ਪੁਲਿਸ ਦੀ ਬੈਕਿੰਗ ਕਰ ਰਹੀ ਆ ਕਿ ਉਹ ਇਸ ਮਾਮਲੇ 'ਚੋਂ ਮਤਲਬ ਕਿ ਨਿਕਲ ਜਾਣ ਮੌਕੇ ਦੇ ਉੱਤੇ ਡਾਕਟਰ ਨੇ ਉਸੇ ਟਾਈਮ ਕੰਮ ਨਹੀਂ ਆਉਣਾ ਹਾਂਜੀ ਹੁਣੇ ਹੁਣੇ ਤੁਸੀਂ ਗੱਲ ਕਰਕੇ ਹਟੇ ਹੋ ਕਿ ਉਹਨਾਂ ਦੀਆਂ ਤਾਂ ਹੁਣ ਜੂਨੀਅਰ ਜਿਹੇ ਤਾਂ ਹੜਤਾਲਾਂ ਉਹਨਾਂ ਦੀਆਂ ਸਟ੍ਰਾਈਕ ਚੱਲ ਰਹੀਆਂ ਨੇ ਹੈ ਨਾ ਅਤੇ ਇਸ ਮਸਲੇ ਦੇ ਵਿੱਚ ਪਹਿਲੇ ਸਾਡੇ GP ਜਿਹੜੇ ਆ ਉਹ ਹੀ ਫੜਨੇ ਬੜੇ ਮੁਸ਼ਕਲ ਹੋ ਜਾਣੇ ਉਹਨਾਂ ਦੀਆਂ ਜਿਹੜੀਆਂ ਅਪਾਇੰਟਮੈਂਟ ਨੇ ਉਹ ਬੜੀਆਂ ਲੈਣੀਆਂ ਮੁਸ਼ਕਲ ਹੋ ਜਾਣੀਆਂ ਨੇ ਅਤੇ ਇਹ ਜਿਹੜਾ ਇੱਕ ਮੈਟਰੀ ਡਿਫਰੈਂਟ ਹੈ ਜਿਹਦੇ ਵਿੱਚ ਇਹ ਆ ਕਿ ਹੁਣ ਜੇ ਮੈਂ ਕਿਸੇ ਗੁਆਂਢੀ ਨੂੰ ਵੀ ਕਾਲ ਕਰੂੰਗਾ ਜਾਂ ਆਪਣੇ ਰਿਸ਼ਤੇਦਾਰ ਨੂੰ ਕਾਲ ਕਰੂੰਗਾ ਉਹ ਵੀ ਡਰਦਾ ਅੱਗੇ ਨਹੀਂ ਆਊਗਾ ਨਾ ਭਾਈ ਇਹ ਸਾਡਾ ਕੰਮ ਨਹੀਂ ਹੈਗਾ ਇਹ ਤੁਸੀਂ ਨਿਬੜੋ ਜਾਂ ਪੁਲਿਸ ਨਿਬੜੇ ਉਹ ਵੀ ਇਹੀ ਗੱਲ ਕਹਿਣਗੇ ਅਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੋ ਪੁਲਿਸ ਜਿਹੜੀ ਕੰਮ ਕਰ ਰਹੀ ਹੈ ਉਹਨੂੰ ਕਰਨ ਦੇਣਾ ਚਾਹੀਦਾ ਉਹ ਕਰ ਵੀ ਠੀਕ ਰਹੀ ਹੈ ਚਲੋ ਲੈ ਚਲੋ ਪੰਜਾਬ ਵੱਲ ਨੂੰ ਜੀ ਪੰਜਾਬ ਦੇ ਜੇ ਘੰਟੀ ਦੀ ਗੱਲ ਕਰੀਏ ਜੇ ਟਾਰਗੇਟ ਜਿਹੜਾ ਸਾਡਾ ਜੇ ਨਜ਼ਰ ਟਿਕੀ ਹੈ ਨਾ ਇੱਕੋ ਜਗ੍ਹਾ ਟਿਕੀ ਹੈ ਵੀ ਅਜੇ ਪਾਣੀ ਬਹੁਤ ਕਹਿਰ ਬਰਾ ਰਿਹਾ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਕਿ ਥੋੜ੍ਹਾ ਹੋਵੇ ਤਾਂ ਜੀਵਨ ਦਾਨ ਹੈ ਅਤੇ ਜੇ ਬਿਨ ਮਤਲਬ ਤੋਂ ਬਹੁਤ ਜ਼ਿਆਦਾ ਆ ਜਾਵੇ ਤਾਂ ਫਿਰ ਨੁਕਸਾਨ ਹੈ ਅਤੇ ਨੁਕਸਾਨ ਵੀ ਸੈਮੀ ਸਾਹਿਬ ਮੈਂ ਤੁਹਾਨੂੰ ਦੱਸਦਾ ਚਾਹਾਂ ਕਿ ਜਿੱਦਾਂ ਕਿ ਹੁਣ ਪੰਜਾਬ ਨੂੰ 3 ਦਰਿਆ ਲੱਗਦੇ ਆ ਅਤੇ ਰਾਵੀ ਬਿਆਸ ਜਿਹੜਾ ਅਤੇ ਸਤਲੁਜ ਇਹ 3 ਜ਼ਿਲ੍ਹਿਆਂ ਨੂੰ ਕ੍ਰੋਸ ਕਰਦਾ ਜੀ 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 ਅਤੇ ਜ਼ਿਆਦਾ ਹਿੱਸਾ ਜਿਹੜਾ ਇਹ ਜਿਹੜਾ ਪਾਕਿਸਤਾਨ ਨੂੰ ਵਗਦਾ ਜਿਵੇਂ ਕਿ ਆਪਾਂ ਲਹਿੰਦੇ ਪੰਜਾਬ ਦੀ ਗੱਲ ਕਰਦੇ ਹਾਂ ਜੀ ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਜੀ ਸਤਲੁਜ ਦੀ ਬਿਆਸ ਸਤਲੁਜ 6 ਜ਼ਿਲ੍ਹਿਆਂ ਨੂੰ ਪੈਂਦੇ ਆ ਅਤੇ ਹੁਣ ਜੇ ਜ਼ਿਆਦਾ ਨੁਕਸਾਨ ਦੀ ਗੱਲ ਕਰਦੇ ਹਾਂ ਮਾਲਵਾ ਰੋਪੜ ਸਾਈਡ
बहुत नुकसान हो चुका, भारी नुकसान ते मौतां हो चुकियां ने। ते हुण जे मैं तुहानूं कह दवां भी दसो भी सैमी साहब इहदे विच हुण सरकारां दा जिहड़ा योगदान है किन्ने क परसेंट हैगा ते किन्ने क नहीं हैगा। पर मैं गल होर कर देवां, पंजाब डरिया नहीं, हुण मोढ़ा ना मोढ़ा ला के जिहड़े परिवार विच फसे आ इक दूजे की हैल्प कर रहे ने, पानी तक अन्न तक हर एक सहायता, ईवन के जिहड़े डंगरां दा फूड हुंदा हरा चारा उह वी सब आप ही कर रहे ने, संस्थावां कर रहियां ने। ते जिहड़े लोक कहिंदे सी भई पगड़ियां वाले दस्तारां वाले अतवादी ने, हुण उन्हां नूं कुछ सबक मिल रहा, कुछ हद तक उन्हां दी वीडियो कुछ हद तक उन्हां दे बयान आ रहे ने भी भाई हुण संस्था वाले कित्थे हो तुसीं। मैं बड़ा वधिया एक बयान सुन रहा सी जी अपने शिवसेना वालिआं दा, एक कोई हर एक धर्म दे विच हर एक संस्थावां दे विच कुछ एक चंगे बंदे भी हुंदे ने, बिल्कुल उह कहिंदे भी हुण कित्थे बैठ गए तुसीं भी भाई मोबाइलां दे उत्ते तुसीं अपनीआं वीडियो कर करके तुसीं आह अतवादी आ फलाना अतवादी आ उहनूं ना छडाओ ते इहनूं ना छडाओ, ते हुण तुसीं कित्थे चल गए, आह वी इक जंग है, इस जंग दे विच तुसीं भी सिपाही हो, तुसीं भी आह काम कर सकदे हो, हुण तुसीं देख रहे हो कर कौन रहा, हुण तुसीं उहनां दीआं वीडियो बना के नहीं पा रहे भी भाई आह सिपाही ने हुण असल दे विच जिहड़े कि जंग लड़ रहे ने, क्योंकि इही पगड़ियां वाले ने ਜਿਹੜੇ ਜਿਹਨਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ, ਜਿਹਨਾਂ ਨੂੰ ਤੁਸੀਂ ਵੱਖਵਾਦੀ ਕਹਿੰਦੇ ਹੋ, ਅਤੇ ਹੁਣ ਇਹ ਹੜ੍ਹਦੇ ਪਾਣੀਆਂ ਦੇ ਵਿੱਚੋਂ ਤੁਹਾਡੇ ਪਾਣੀ ਦੇ ਵਿੱਚ ਫਸਿਆ ਹੋਇਆ ਨੂੰ ਤੁਸੀਂ ਤੁਹਾਨੂੰ ਵੱਖ ਕਰ ਰਹੇ ਨੇ, ਬਾਹਰ ਕੱਢ ਕੇ ਰੱਖ ਰਿਹਾ। ਮਾਤਾ ਇੱਕ 80 ਸਾਲਾਂ ਦੀ ਮਾਤਾ, ਪੁੱਤਰ ਛੱਡ ਗਿਆ, ਨੂੰਹ ਛੱਡ ਗਈ ਅਤੇ ਉਹ ਇਕੱਲੀ ਹੋ ਰਹਿ ਗਈ। ਗੁਆਂਢੀ ਨੇ ਦੱਸਿਆ ਵੀ ਇੱਥੇ ਇੱਕ ਮਾਤਾ ਹੈ, ਤੁਰ ਨਹੀਂ ਸਕਦੀ ਪਰ ਹੈ, ਬੈੱਡ 'ਤੇ ਹੈ, ਮੰਜੇ 'ਤੇ ਹੈ। ਅਤੇ ਜਦੋਂ ਉਹ ਵੀਰਾਂ ਨੇ ਉਹਨੂੰ ਕੱਢ ਕੇ ਲਿਆਂਦਾ ਅਤੇ ਮੇਰੀਆਂ ਅੱਖਾਂ ਦੇ ਵਿੱਚ ਵੀ ਰੋਣਾ ਆ ਗਿਆ ਅਤੇ ਪੱਤਰਕਾਰਾਂ ਦੀਆਂ ਅੱਖਾਂ ਦੇ ਵਿੱਚ ਵੀ ਰੋਣਾ ਆਇਆ। ਉਹ ਕਹਿੰਦਾ ਮਾਤਾ ਹੁਣ ਤੈਨੂੰ ਆਹ ਪੁੱਤ ਹੈ ਤੇਰੇ ਵਾਸਤੇ ਕਿ ਜਾਂ ਉਹ ਪੁੱਤ ਹੈ, ਕਹਿੰਦੇ ਵੀ ਜੰਮੇ ਵਾਲੇ ਪੁੱਤ ਨਹੀਂ ਆਹ ਪੁੱਤ, ਆਹ ਮੇਰੇ ਪੁੱਤ ਨੇ, ਪਰ ਕਹਿੰਦੀ ਮੈਨੂੰ ਇੰਨਾ ਵੀ ਪਤਾ ਵੀ ਕਹਿੰਦੀ ਵੀ ਮਾਂ ਮਾਪੇ ਜਿਹੜੇ ਇੱਕ ਮਾਪੇ ਨਹੀਂ ਬਣਦੇ, ਪੁੱਤ ਕਪੁੱਤ ਬਣ ਜਾਂਦੇ ਨੇ, ਪਰ ਫਿਰ ਵੀ ਕਹਿੰਦੀ ਤੁਸੀਂ ਉਹਨਾਂ ਨੂੰ ਕੁਛ ਕਹਿਓ ਨਾ, ਉਹਨਾਂ ਨੂੰ ਪੁਲਿਸ ਨੂੰ ਨਾ ਫੜਾਇਓ, ਕੋਈ ਗੱਲ ਨਹੀਂ ਮੈਨੂੰ ਇਹਨਾਂ 'ਤੇ ਪਤਾ ਸੀ ਮੈਂ ਅੰਦਰ ਰਹਿ ਲੂੰਗੀ, ਮੇਰਾ ਮੰਜਾ ਕਿਹੜਾ ਤਰ ਚੱਲਿਆ, ਇੱਦਾਂ ਕਹਿੰਦੀ। ਅਤੇ ਮੈਨੂੰ ਉਸ ਟਾਈਮ ਐਂ ਲੱਗਿਆ ਵੀ ਆਹ ਨੇ ਅਸਲ ਦੇ ਵਿੱਚ ਸਫਾਈ। ਅਤੇ ਇੱਕ ਮੈਂ ਹੋਰ ਦੱਸਦਾ ਜਾਵਾਂ, ਮੇਰੀ ਗੱਲ ਥੋੜ੍ਹੀ ਜਿਹੀ ਵੱਡੀ ਹੋ ਗਈ ਸੈਮੀ ਸਾਹਿਬ। ਸੰਸਾਰ ਸਿੰਘ ਜੀ, ਮੈਂ ਮਤਲਬ ਗੱਲ ਕਰ ਰਿਹਾ ਸੀ ਪੰਜਾਬ ਦੇ ਪਾਣੀਆਂ ਦੇ ਉੱਤੇ, ਕਿਉਂਕਿ ਉੱਥੇ ਹੋਰ ਵੀ ਮਤਲਬ ਕਿ ਗੁਰਦਾਸਪੁਰ ਡਿਸਟ੍ਰਿਕਟ ਉਹ ਵੀ ਡੁੱਬ ਗਿਆ, ਅੰਮ੍ਰਿਤਸਰ ਵੀ ਪਾਣੀ ਆ ਗਿਆ, ਤਕਰੀਬਨ ਜੋ ਪੰਜਾਬ ਦੇ 13 ਡਿਸਟ੍ਰਿਕਟਾਂ ਚੋਂ 11 ਡਿਸਟ੍ਰਿਕਟ ਜਿਹੜੇ ਉਹਨਾਂ 'ਚ ਪਾਣੀ ਆਇਆ ਆ, ਅਤੇ ਉਹਨਾਂ ਵਿੱਚ ਐਸੀ ਸਿਚੁਏਸ਼ਨ ਆ ਗਈ ਆ ਕਿ ਉਹ ਵੋਟਾਂ 'ਤੇ ਵੀ ਉਹਨਾਂ ਨੂੰ ਕੰਮ ਕਰਨਾ ਪਿਆ, ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਉੱਥੋਂ ਦੇ ਜਿਹੜੇ ਬਛਿੰਦੇ ਆ, ਉੱਥੋਂ ਦੇ ਜਿਹੜੇ ਪੇਂਡੂ ਆ ਪਿੰਡਾਂ ਦੇ ਲੋਕ ਹੈਗੇ ਆ, ਉਹਨਾਂ ਨੇ ਅੱਗੇ ਆ ਕੇ ਇਹ ਸੇਵਾ ਕਰਨੀ ਸ਼ੁਰੂ ਕੀਤੀ, ਕਿਤੇ ਫੂਡ ਦਿੱਤਾ, ਕਿਤੇ ਕੁਛ ਦਿੱਤਾ, ਕਿਤੇ ਕੁਛ ਦਿੱਤਾ, ਅਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਅਤੇ ਜਿੱਦਾਂ ਘੱਗਰ ਦਰਿਆ ਵਾ, ਉਹ 2-3 ਜਗ੍ਹਾ ਟੁੱਟ ਚੁੱਕਾ ਸੀ, ਇਸੇ ਤਰ੍ਹਾਂ ਬਾਬਾ ਸੀਚੇਵਾਲ ਵਾਲੇ ਉਹਨਾਂ ਨੇ ਇੱਕ ਬੰਨ ਬੰਨਿਆ, ਇੱਕ ਬੰਨ ਉਹਨਾਂ ਪੂਰਾ ਬੰਨ ਦਿੱਤਾ, ਦੂਜਾ ਬੰਨ ਉਹ ਬੰਨ ਰਹੇ ਆ, ਆਪ ਲਾ ਕੇ ਉਹਨਾਂ ਨੇ ਕਰੇਨਾ ਨਾਲ ਉਹ ਬੰਨ ਬੰਨਿਆ ਅਤੇ ਉਹ ਸੇਵਾ ਕਰ ਰਹੇ ਆ। ਇਸੇ ਤਰ੍ਹਾਂ ਜੋ ਪਿੰਡਾਂ ਦੇ ਜੋ ਵਾਸੀ ਆ, ਉਹਨਾਂ ਨੇ ਫੂਡ ਰਾਹੀਂ ਹੋਰ ਚੀਜ਼ਾਂ ਰਾਹੀਂ ਜੋ ਜਿੱਥੇ ਜਿੱਥੇ ਫੂਡ ਨਹੀਂ ਸੀ ਪਹੁੰਚਦਾ ਉੱਥੇ ਪਹੁੰਚਾਇਆ ਅਤੇ ਸੇਵਾ ਕੀਤੀ। ਅਤੇ ਸੈਮੀ ਸਾਹਿਬ, ਗੱਲ ਪਤਾ ਕੀ ਹੈ, ਇਹ ਹਰ ਜਿਹੜੇ ਫਲੱਡ ਆਉਂਦੇ ਨੇ ਵਜ੍ਹਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਹੁਣ ਜਿੱਦਾਂ ਅਸੀਂ ਤਾਂ ਕਹਿ ਦਿੰਦੇ ਹਾਂ ਕੁਦਰਤੀ ਕਰੋਪੀ ਹੈ, ਪਰ ਕਿਤੇ ਹੱਦ ਤੱਕ ਆਪਾਂ ਨੂੰ ਇਹ ਵੀ ਕਹਿਣਾ ਪੈਂਦਾ ਵੀ ਇਹ ਕਰੋਪੀ ਨਹੀਂ ਹੈਗੀ, ਸਾਡਾ ਹੀ ਹੱਥ ਹੈ। ਅਸੀਂ ਕਿਉਂ ਨਹੀਂ ਦੇਖਦੇ ਜਦੋਂ ਕਿਤੇ ਸਾਨੂੰ ਜ਼ਰੂਰਤ ਪੈਂਦੀ ਹੈ, ਅਸੀਂ ਰੇਤਾ ਜਾਂ ਮਿੱਟੀ ਲੈ ਕੇ ਆਉਣੀ ਹੈ ਅਤੇ ਫਿਰ ਤਾਂ ਅਸੀਂ ਸੋਚਦੇ ਹਾਂ ਵੀ ਆਹ ਜਿਹੜੀ ਖੱਡ ਹੈ ਨਾ ਇਹ ਡੂੰਘੀ ਹੈ, ਇਹਦੇ 'ਚ ਮਿੱਟੀ ਰੇਤ ਚੰਗਾ, ਇਹ ਭਰੋ ਇਹ ਲੈ ਕੇ ਚਲੋ, ਉਦੋਂ ਅਸੀਂ ਇਹ ਨਹੀਂ ਦੇਖਦੇ ਵੀ ਇੱਥੇ ਕੀ ਬਣਨਾ ਵਾ। ਅਤੇ ਇਹ ਫਿਰ ਇਹ ਜਿਹੜੇ ਸੈਂਡ ਮਾਫੀਆ ਵਗੈਰਾ ਇਹ ਜਿਹੜੇ ਨੇ, ਇਹਨਾਂ ਨੇ ਇਹੋ ਖੱਡਾਂ ਬਣਾਈਆਂ ਨੇ ਜਿਹੜੇ ਕਿ ਵਿੱਚ ਜਦੋਂ ਫਿਰ ਪਾਣੀ ਆਉਂਦਾ ਤੇ ਉਹ ਫਿਰ ਮਿੰਟ ਲੱਗਦਾ ਜੀ ਟੁੱਟਣ ਵਾਸਤੇ। ਇਹ ਕੁਝ ਹੱਦ ਤੱਕ ਇਹ ਖੁਦ ਸਾਡਾ ਵੀ ਹੱਥ ਹੈ ਵਿੱਚ, ਅਸੀਂ ਇਸ ਗੱਲ ਨੂੰ ਮੰਨਣਾ ਚਾਹੀਦਾ ਵਾ ਸਾਨੂੰ। ਤੇ ਸਰਕਾਰਾਂ ਦੀ ਗੱਲ ਹੈ ਜਿਹੜੀ, ਹੁਣ ਸਰਕਾਰਾਂ ਜਿਹੜੀਆਂ ਨੇ ਕੁਝ ਹੱਦ ਤੱਕ ਤੇ ਹੁਣ ਐਲਾਨ ਹੋਈ ਜਾਂਦੇ ਨੇ ਵੀ ਅਸੀਂ ਤੁਹਾਡੇ ਨਾਲ ਹੈ, ਤੇ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਵੀ ਗਿੱਟਿਆਂ ਨੂੰ ਮਿੱਟੀ ਲਵਾ ਕੇ, ਤੇ ਸੀਐਮ ਸਾਹਿਬ ਕਹਿੰਦੇ ਨੇ ਭਾਈ ਮੈਂ ਕੰਮ ਕਰ ਰਿਹਾ। ਪਰ ਮੈਂ ਫਿਰ ਵੀ ਇਹ ਗੱਲ ਕਹਿਣਾ, ਵਿਰੋਧੀਆਂ ਨੇ ਕਹਿਣਾ ਪਰ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਹਾਂ ਵੀ ਠੀਕ ਹੈ, ਤੁਸੀਂ ਜੇ
ਪਬਲਿਕ ਦੇ ਵਿੱਚ ਆਏ ਹੋ, ਤੁਸੀਂ ਇੱਕ ਬੋਰਡ 'ਚ ਵੀ ਬੈਠੇ ਹੋ, ਉੱਥੇ ਵੀ ਖਤਰਾ ਹੋਇਆ। ਹਾਂਜੀ ਹਾਂਜੀ। ਤੇ ਇਹ ਹੈ ਵੀ ਤੁਸੀਂ ਪਬਲਿਕ ਦੇ ਵਿੱਚ ਤੇ ਆਏ ਹੋ, ਭਾਵੇਂ ਗਿੱਟਿਆਂ ਨੂੰ ਮਿੱਟੀ ਲੱਗੀ ਤੇ ਭਾਵੇਂ ਗੋਡਿਆਂ ਨੂੰ ਲੱਗੀ, ਗੱਲ ਕੋਈ ਨਹੀਂ ਹੈਗੀ, ਪਰ ਇਹ ਹੈ ਵੀ ਪਬਲਿਕ ਦੇ ਵਿੱਚ ਤੇ ਆਏ ਹੋ। ਫਿਲਹਾਲ ਸੁਣ ਰਹੇ ਨੇ ਗਾਹਾਂ ਐਲਾਨ ਕੀ ਕਰਦੇ ਨੇ, ਐਲਾਨ ਹੋ ਗਏ ਨੇ ਤੇ ਹੁਣ ਗਦੋਰੀਆਂ ਵੀ ਹੋ ਰਹੀਆਂ ਨੇ, ਮਿਲਦਾ ਕੀ ਹੈ ਕਿਸਾਨਾਂ ਨੂੰ ਤੇ ਅਕਾਊਂਟ ਦੇ ਵਿੱਚ ਪੈਸੇ ਕਦੋਂ ਤੱਕ ਆਉਂਦੇ ਨੇ, ਇਹ ਵੇਟ ਕਰਨਗੇ ਕਿਸਾਨ। ਤੇ ਜਿੱਥੇ ਤੱਕ ਮੈਂ ਹੁਣ ਗੱਲਾਂ ਸੁਣਦਾ ਕਿ ਇਹ ਹੜ੍ਹ, ਇਹ ਫਲੱਡ ਆਏ ਕਿਉਂ, ਕਹਿੰਦੇ ਨੇ ਕਿ ਦਿੱਲੀ ਧਰਨੇ ਦੇ ਵਿੱਚ ਬਹੁਤ ਦੇਰ ਸਰਕਾਰਾਂ ਨੂੰ ਸਤਾਇਆ, ਸੈਂਟਰ ਸਰਕਾਰ ਨੇ ਵੀ ਸਰਕਾਇਆ, ਸੈਂਟਰ ਸਰਕਾਰ ਸੀਗੀ ਤੇ ਉਹਨਾਂ ਨੂੰ ਸਤਾਇਆ ਤੇ ਉਹਨਾਂ ਨੂੰ ਇੱਦਾਂ ਲੱਗਿਆ ਵੀ ਭਾਈ ਇਹ ਕਿਸਾਨਾਂ ਨੂੰ ਹੁਣ ਅਸੀਂ ਪਿੱਛੇ ਕਿੱਦਾਂ ਹਟਾਉਣਾ, ਇਹਨਾਂ ਨੂੰ ਸਬਕ ਕਿਵੇਂ ਸਿਖਾਉਣਾ। ਕੁਝ ਕਿਤੇ ਹੁਣ ਕਿਸਾਨਾਂ ਦਾ ਇਹ ਵੀ ਕਹਿਣਾ, ਜੋ ਵੀਡੀਓ ਪੈ ਰਹੀਆਂ ਨੇ, ਕਹਿੰਦੇ ਕਿ ਇਹ ਪਾਣੀ ਜਾਣ ਬੁੱਝ ਕੇ ਛੱਡ ਰਹੇ ਨੇ, ਭਈ ਇਹਨਾਂ ਨੂੰ ਉੱਦਾਂ ਤੇ ਅਸੀਂ ਮਾਰ ਨਹੀਂ ਸਕੇ ਜੰਗ ਦੇ ਨਾਲ, ਪਾਣੀ ਨਾਲ ਰੋੜੋ ਇਹਨਾਂ ਨੂੰ। ਤੇ ਉਹ ਕਹਿੰਦੇ ਵੀ ਜੇ ਕਹਿੰਦੇ 25% ਤੇ ਜਾਣਗੇ, ਪਰ ਕਹਿਣ ਦਾ ਮਤਲਬ ਵੀ ਜਿਹਨੂੰ ਉਹ ਉੱਪਰ ਵਾਲਾ ਰੱਖਦਾ ਤੇ ਉਹਨੂੰ ਕੋਈ ਮਾਰ ਵੀ ਨਹੀਂ ਸਕਦਾ, ਫਿਰ ਟੁੱਟੀ ਗੰਢਣ ਹਰ ਗੋਪਾਲ, ਤੁਹਾਨੂੰ ਪਤਾ ਹੀ ਹੈ ਨਾ। ਸੋ ਇਹ ਗੱਲਾਂ ਬਾਤਾਂ ਨੇ ਜੀ। ਜੀ ਨੈਕਸਟ, ਤੁਸੀਂ ਇਹ ਖੋਜ ਨਿਊਜ਼ ਲੈ ਕੇ ਆਏ ਸੀ ਕੋਈ ਆਪਣੇ ਵਿਧਾਇਕ ਦੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇੱਕ ਵਿਧਾਇਕ ਨੇ ਕਿੱਦਾਂ ਕਿਸੇ ਨਾਲ ਰੂ ਕੀਤਾ, ਕਿੱਦਾਂ ਉਹਨੇ ਮਾਰਿਆ ਤੇ ਕਈ ਕੁਛ ਕੀਤਾ, ਕੀ ਉਹ ਵਿਧਾਇਕ ਠੀਕ ਸੀ, ਕੀ ਉਹਨੇ ਮਤਲਬ ਕਿ ਜੋ ਕੀਤਾ ਠੀਕ ਕੀਤਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ, ਗਗਨ ਲਿਖਾਰੀ ਇੱਕ ਪੱਤਰਕਾਰ ਹੈ, ਛੋਟਾ ਹੋਵੇ ਤੇ ਵੱਡਾ ਹੋਵੇ ਉਹਨੂੰ ਪੱਤਰਕਾਰ ਹੀ ਮੰਨਿਆ ਜਾਂਦਾ। ਡਰਾਈਵਰ ਸਾਲ ਪੁਰਾਣਾ ਜਾਂ 20 ਸਾਲ ਪੁਰਾਣਾ ਜਾਂ 1 ਦਿਨ ਪੁਰਾਣਾ ਤੇ ਤਾਂ ਨਾਂ ਕੀ ਹੁੰਦਾ? ਡਰਾਈਵਰ ਹੁੰਦਾ। ਸੋ ਇਸ ਕਰਕੇ ਹੈ ਕਿ ਵਧਾਈ ਕਿ ਜਿਹੜੇ ਆਪਣੇ MLA ਅੰਮ੍ਰਿਤਪਾਲ ਸਿੰਘ ਸੁਖਾਨੰਦ, ਉਹਨਾਂ ਦੇ ਕੁਝ ਵਿਵਾਦ ਜਿਹੜੇ ਸਾਹਮਣੇ ਆਇਆ ਜੀ। ਆਮ ਪਾਰਟੀ ਦੇ ਵਿਧਾਇਕ ਨੇ, ਉਹ ਨਵਾਂ ਮੁੰਡਾ, ਵਿਆਹ ਵੀ ਕਰਵਾਇਆ ਨਵਾਂ, ਆਪਣੀ ਗ੍ਰਿਸਤੀ ਲਾਈਫ ਦੇ ਵਿੱਚ ਆਇਆ, ਚੰਗਾ ਲੱਗਦਾ ਦੇਖਣ ਨੂੰ ਗੱਲਾਂ ਬਾਤਾਂ ਤੋਂ ਚੰਗਾ, ਪਰ ਜਿਹੜੇ ਇਹਤੇ ਆਰੋਪ ਲੱਗੇ ਨੇ, ਜੇ ਉਹ ਆਰੋਪ ਸੱਚ ਹੋਣ ਨਾ ਤੇ ਬਾਰੇ ਇਹ ਨਿੰਦਣ ਵਾਲੀ ਇਹ ਘਟਨਾ ਹੈ ਜੀ। ਗੱਲ ਇਹ ਹੋਈ ਹੈ, ਕਹਿੰਦੇ ਇੱਕ ਮੀਆਂ ਬਾਬੀ ਦਾ ਜਿਹੜਾ ਸੀ ਉਹ ਝਗੜਾ ਸੀ ਆਪੋ ਦੇ ਵਿੱਚ ਕੋਈ ਢਾਬੇ ਨੂੰ ਲੈ ਕੇ, ਤੇ ਉਹਦੇ ਵਿੱਚ ਕਹਿੰਦੇ ਕੋਈ ਸਵਾਲ ਇੱਦਾਂ ਦੇ ਪੈਦਾ ਹੋ ਗਏ ਵੀ ਉੱਥੇ ਇੱਕ ਪ੍ਰੋਟੈਸਟ ਜਿਹਾ ਹੋਇਆ ਤੇ ਕੋਈ ਪੱਤਰਕਾਰ ਨੇ ਉਹਨੇ ਕੋਈ ਇੱਦਾਂ ਦੀ ਕੋਈ ਟਿੱਪਣੀ ਕਰ ਦਿੱਤੀ ਇਸ ਵਿਧਾਇਕ ਦੇ ਉੱਤੇ। ਜਦੋਂ ਵਿਧਾਇਕ 'ਤੇ ਟਿੱਪਣੀ ਕੀਤੀ ਤੇ ਭਾਈ ਉਹਨੇ ਜਦੋਂ ਵੀਡੀਓ ਪਾਈ ਤੇ ਉਹ 2.5 ਲੱਖ ਬੰਦੇ ਨੇ ਦੇਖ ਲਈ ਇੱਕ ਰੀਲ ਦੀ ਤਰ੍ਹਾਂ। ਭਾਈ ਉਹਨੂੰ ਗੁੱਸਾ ਚੜਿਆ, ਗੁੱਸਾ ਚੜਦਾ ਵੀ ਭਾਈ ਮੈਂ ਸੱਚਾ ਹਾਂ, ਮੇਰੋ ਮੇਰੀ ਸਭੀ ਖਰਾਬ ਕੀਤੀ ਹੈ ਇਹਨੇ, ਅਤੇ ਜੇ ਆਪਾਂ ਸੱਚੇ ਹੋਈਏ ਤਾਂ ਆਪਾਂ ਕੋਰਟ ਵੱਲ ਨੂੰ ਭੱਜਾਂਗੇ ਵੀ ਭਾਈ ਮੈਂ ਇਹਦੇ 'ਤੇ ਮਾਣ ਹਾਨੀ ਦਾ ਦਾਅਵਾ ਕਰਦਾ ਵੀ ਇਹਨੇ ਮੇਰੇ ਨਾਲ ਇੱਦਾਂ ਕੀਤਾ ਆਪਣੇ ਚੈਨਲ ਨੂੰ ਪ੍ਰਮੋਟ ਕਰਨ ਵਾਸਤੇ। ਠੀਕ, ਕਾਨੂੰਨ ਨੂੰ ਹੱਥ ਨਹੀਂ ਲੈਣਾ ਚਾਹੀਦਾ, ਕਾਨੂੰਨ ਦੀ ਹੈਲਪ ਲੈਣੀ ਚਾਹੀਦੀ। ਅਤੇ ਉਹ ਕਹਿੰਦਾ ਕਿ ਮੈਨੂੰ ਉਹਦੇ PA ਵੱਲੋਂ ਬੁਲਾਇਆ ਗਿਆ, ਕੋਈ ਸੋਨੀ ਨਾਮ ਦਾ PA ਉਹਦੇ ਵੱਲੋਂ ਬੁਲਾਇਆ ਗਿਆ, ਅਤੇ ਕਹਿੰਦੇ ਬੁਲਾ ਕੇ ਮੈਨੂੰ ਅਤੇ ਕਹਿੰਦੇ ਵੀ ਦਫ਼ਤਰ 'ਚ ਆ ਵੀ MLA ਸਾਹਿਬ ਨੇ ਗੱਲ ਕਰਨੀ ਤੁਹਾਡੇ ਨਾਲ। ਉਹ ਕਹਿੰਦਾ ਵੀ ਠੀਕ ਹੈ ਮੈਂ ਆ ਜਾਣਾ, ਕਹਿੰਦਾ ਪਰ ਜੇ ਮੈਨੂੰ ਪਤਾ ਹੁੰਦਾ ਕਿ ਮੇਰੇ ਨਾਲ ਆਹ ਕੁਛ ਹੋਣਾ ਤੇ ਕਹਿੰਦਾ ਫਿਰ ਮੈਂ 2 ਕੁ ਪੱਤਰਕਾਰ ਹੋਰ ਵੀ ਨਾਲ ਲੈ ਕੇ ਜਾਂਦਾ ਜਾਂ ਮੈਂ ਕਿਸੇ ਨੂੰ ਨਾਲ ਲੈ ਕੇ ਜਾਂਦਾ ਵੀ ਜਾਈ ਚੱਲੀ। ਪਰ ਜਿਹਦੇ ਹਿਸਾਬ ਨਾਲ ਕਹਿੰਦਾ ਉਹਨਾਂ ਦੀ ਬੋਲੀ ਸੀ ਮਿਠਾਸ ਦੇ ਵਿੱਚ ਬੋਲਦੇ ਸੀ ਤੇ ਮੈਨੂੰ ਇੱਦਾਂ ਲੱਗਦਾ ਸੀ ਵੀ ਮੇਰੇ ਨਾਲ ਗੱਲਬਾਤ ਕਰਨੀ ਹੈ, ਮੈਨੂੰ ਇਹ ਕਹਿਣਗੇ ਵੀ ਭਾਈ ਆ ਜਿਹੜੀ ਤੂੰ ਵੀਡੀਓ ਪਾਈ ਹੈ ਨਾ ਇਹਦਾ ਅਸੀਂ ਦੂਸਰਾ ਪੱਖ ਜਿਹੜਾ ਦੇਣਾ ਚਾਹੁੰਦੇ ਹਾਂ ਤੇ ਦੂਸਰਾ ਪੱਖ ਆਪਾਂ ਨੂੰ ਲੈਣਾ ਵੀ ਚਾਹੀਦਾ। ਪੱਤਰਕਾਰ ਜਿਹੜਾ ਹੈ ਵੀ ਚੌਥਾ ਥੰਮ ਮੰਨਿਆ ਜਾਂਦਾ, ਜਿਹਨੂੰ ਆਪਾਂ ਚੌਥਾ ਥੰਮ ਮੰਨਦੇ ਹਾਂ ਤੇ ਫਿਰ ਆਪਾਂ ਨੂੰ ਚਾਹੀਦਾ ਵੀ ਭਾਈ ਇਸ ਮਸਲੇ ਦੇ ਉੱਤੇ ਆਪਾਂ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਕੀ ਹੋਇਆ ਜੀ, ਕਹਿੰਦੇ ਕਿ ਬੁਲਾਇਆ ਗਿਆ ਤੇ ਬੁਲਾਉਣ ਤੋਂ ਬਾਅਦ ਉੱਥੇ ਕਹਿੰਦੇ ਮੇਰੇ ਪਿੰਡ ਦੇ ਵੀ ਬੰਦੇ ਬੈਠੇ ਸੀ, ਹੋਰ ਵੀ 40-50 ਬੈਠੇ ਸੀ ਜਿਹੜੇ ਕੰਮਾਂ ਕਾਰਾਂ ਲਈ ਆਉਂਦੇ ਨੇ, ਉਹਨਾਂ ਦੇ ਸਾਹਮਣੇ ਪਹਿਲੇ ਤਾਂ ਉਹਨੇ ਵੀਡੀਓ ਦਿਖਾਈ ਤੇ ਫਿਰ ਕਹਿੰਦੇ ਮੇਰੇ ਉਹ PA ਨੇ ਫੜਿਆ ਪਿੱਛੋਂ ਤੇ ਉਹਨੇ ਮੈਨੂੰ ਗਲੋਂ ਫੜ ਕੇ ਮੇਰੇ 20 ਤੋਂ ਲੈ ਕੇ ਤੇ 25 ਤੱਕ ਥੱਪੜ ਮਾਰੇ, ਜ਼ੋਰ ਜ਼ੋਰ ਨਾਲ ਮਾਰੇ, ਔਰ ਮੇਰੇ ਕਹਿੰਦੇ ਨੱਕ 'ਚੋਂ ਖੂਨ ਨਿਕਲਿਆ। ਨੱਕ 'ਚੋਂ ਖੂਨ ਨਿਕਲਣ ਤੋਂ ਬਾਅਦ ਫਿਰ ਕਹਿੰਦੇ ਮੇਰੇ ਕੋਲ ਗਲਤੀ ਮਨਾਈ ਗਈ, ਵੀਡੀਓ ਡਿਲੀਟ ਕਰਵਾਈ ਗਈ ਤੇ ਇੱਕ ਵੀਡੀਓ ਬਣਾਈ ਗਈ, ਤੇ ਫਿਰ ਨਾਲ ਦੀ ਨਾਲ ਉਹਨੂੰ ਇਹ ਵੀ ਕਿਹਾ ਗਿਆ ਵੀ ਜੇ ਤੂੰ ਬਾਹਰ ਜਾ ਕੇ ਕੋਈ ਮੇਰੇ ਪ੍ਰਤੀ ਕੋਈ ਧਰਨਾ ਜਾਂ ਤੂੰ ਕੈਮਰਿਆਂ ਦੇ ਮੂਹਰੇ ਮੀਡੀਆ ਦੇ ਮੂਹਰੇ ਆ ਕੇ ਇੱਦਾਂ ਕਰਦਾ ਤੇ ਮੈਂ ਤੇਰੇ 'ਤੇ ਕਾਰਵਾਈ ਕੀਤੀ ਕਰਾਂਗਾ। ਅਤੇ ਕੀ ਹੋਇਆ ਕਿ ਉਸ ਮੁੰਡੇ ਨੇ ਬਾਹਰ ਆ ਕੇ ਸਾਰੀਆਂ ਗੱਲਾਂ ਬਾਤਾਂ ਦੱਸ ਦਿੱਤੀਆਂ ਨੇ, ਅਤੇ ਵਿਧਾਇਕ ਨੇ ਫਿਰ ਬਾਅਦ ਵਿੱਚ ਕੀ ਕੀਤਾ ਜੀ, ਉਹਨੇ ਫਿਰ ਆਪਣੀ ਕਾਨਫਰੰਸ ਕਰਕੇ ਉਹਨੇ ਇਹ ਗੱਲ ਕਹੀ ਹੈ ਵੀ ਮੇਰਾ ਤਾਂ ਇਹਦੇ ਘਰ ਵਿੱਚ ਆਉਣਾ ਜਾਣਾ, ਇਹ ਮੇਰੇ ਕੋਲ ਆਉਂਦਾ ਮੈਂ ਇਹਦੇ ਕੋਲ ਜਾਣਾ,
ਤੇ ਫਿਰ ਕਹਿੰਦੇ ਕਿ ਇਹ ਜਦੋਂ ਮੇਰੇ ਕੋਲ ਆਇਆ ਮੈਂ ਪਿਆਰ ਨਾਲ ਕਿਹਾ ਵੀ ਕਾਕਾ ਤੂੰ ਮੇਰੇ ਲਈ ਆਹ ਠੀਕ ਨਹੀਂ ਕੀਤਾ ਵੀ ਇਹਨੂੰ ਤੂੰ ਡਿਲੀਟ ਕਰ ਦੇ ਅਤੇ ਇਹ ਗਲਤੀ ਆਪਣੀ ਮੰਨਿਆ ਕਹਿੰਦੇ ਵੀ ਜੇ ਤੂੰ ਡਿਲੀਟ ਨਹੀਂ ਕਰਦਾ ਤਾਂ ਮੈਂ ਆਪਣੇ ਪੁਲਿਸ ਕੋਲ ਜਾਊਂਗਾ ਅਤੇ ਪੁਲਿਸ ਕੋਲ ਮੈਂ ਕਾਰਵਾਈ ਕਰਵਾਊਂਗਾ ਤੁਹਾਡੇ ਕੋਲ ਅਤੇ ਕਾਰਵਾਈ ਤੋਂ ਡਰਦੇ ਨੇ ਫਿਰ ਇਹਨੇ ਆਪਣੀ ਵੀਡੀਓ ਜਿਹੜੀ ਉਹ ਡਿਲੀਟ ਕੀਤੀ ਹੈ ਅਤੇ ਫਿਰ ਇਹਦੇ ਵਿੱਚ ਆਪ ਇਹਨੇ ਜਿਹੜੀ ਦੇਖਿਆ ਜਾਏ ਤਾਂ ਮਾਫੀ ਮੰਗੀ ਹੈ ਜਿਹੜਾ MLA ਹੈ ਨਾ ਉਹਨੂੰ ਥ੍ਰੈਟ ਨਹੀਂ ਕਰਨਾ ਚਾਹੀਦਾ ਨਾ ਇਹਨੂੰ ਮਤਲਬ ਕਿ ਹੱਥ ਚੁੱਕਣਾ ਚਾਹੀਦਾ ਕਿਸੇ ਦੇ ਉੱਤੇ ਇੱਕ ਮਤਲਬ ਕਿ ਕ੍ਰਿਮੀਨਲ ਕੇਸ ਹੈਗਾ ਹੈ ਤੇ ਕਿਉਂਕਿ ਉਹਦੇ ਤੇ ਐਕਸ਼ਨ ਆ ਸਕਦਾ ਕਿ ਤੂੰ ਇਹ ਕਿਉਂ ਕੀਤਾ ਹੈ ਕਿਉਂਕਿ ਠੀਕ ਹੈ ਜੇ ਤੈਨੂੰ ਕੋਈ ਪ੍ਰੋਬਲਮ ਹੈਗੀ ਆ ਤੇ ਤੁਸੀਂ ਬਾਬਾ ਜੀ ਕੋਰਟ ਜਾਓ ਕੋਰਟ ਨੂੰ ਐਕਸ਼ਨ ਲਓ ਔਰ ਤੇ ਲਓ ਤੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਇਹ ਬਿਲਕੁਲ ਜਿਹੜਾ ਇਹ ਆਪਣੇ ਆਪ ਨੂੰ ਕੀ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਨੂੰ ਕ੍ਰਾਈਮ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਪਾਵਰ ਸ਼ੋ ਕਰ ਰਹੇ ਹੋ ਜੀ ਇਹ ਘਟਨਾ ਹੋਈ ਹੈ ਜੀ ਇਹ ਸੱਚ ਹੈ ਤੇ ਫਿਰ ਤੇ ਬਹੁਤ ਘਟੀਆ ਹਰਕਤ ਹੈ ਫਿਰ ਆਪਾਂ ਕਹਿ ਰਵਾਂਗੇ ਕਿ ਸਤਾ ਦਾ ਨਸ਼ਾ ਫਿਰ ਆਪਾਂ ਇਹਨੂੰ ਇਹ ਕਹਿ ਲਵਾਂਗੇ ਤੇ ਜੇ ਇਹ ਕੁਝ ਨਹੀਂ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਆਪਣੇ ਸੀਸੀਟੀਵੀ ਕੈਮਰਾ ਜਿਹੜੇ ਹੈਗੇ ਨੇ ਤੁਹਾਡੇ ਆਫਿਸ ਦੇ ਵਿੱਚ ਤੁਸੀਂ ਉਸ ਟਾਈਮ ਦੀ ਜਿਹੜੀ ਵੀਡੀਓ ਸਾਨੂੰ ਕੱਢ ਦਿਓ ਤਾਂ ਅਸੀਂ ਸੱਚ ਮੰਨ ਲਵਾਂਗੇ ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਜੇ ਕੋਰਟ ਮੇਰੇ ਕੋਲ ਕਹੂਗੀ ਕੋਰਟ ਮੈਨੂੰ ਕਹੇਗੀ ਕਿ ਤੂੰ ਆਹ ਚੀਜ਼ਾਂ ਲੈ ਕੇ ਆ ਅਸੀਂ ਅਪੀਲ ਵੀ ਕਰਨੀ ਹੈ ਸਿੱਖ ਚੈਨਲ ਲਈ ਤੇ ਅਸੀਂ ਅਗਲੀ ਖਬਰ ਜਿਹੜੀ ਸ਼ਾਰਟ ਜੀ ਕਰੀ ਹੋਵੇ ਅਗਲੀ ਖਬਰ ਜਿਹੜੀ ਹੈ ਜੀ ਬਹੁਤ ਇਹ ਵੀ ਮੰਦਭਾਗੀ ਹੈ ਮਣੀਕਰਨ ਦੇ ਵਿੱਚ ਉੱਥੇ ਕੀ ਹੋਇਆ ਜੀ ਦੋ ਮਹਿਲਾਵਾਂ ਜਾਂਦੀਆਂ ਨੇ ਤੇ ਕੁਝ ਕੁ ਕਹਿੰਦੇ ਆ ਨਾ ਹਵਾਨੀਅਰ ਵਾਲੇ ਜਿਹੜੇ ਮਸਟੰਡੇ ਹੁੰਦੇ ਨੇ ਉਮਰ ਵੀ ਕੁਝ ਜ਼ਿਆਦਾ ਨਹੀਂ 15 ਤੋਂ 20 ਸਾਲ ਦੀਆਂ ਉਮਰ ਜੀ ਬਸ ਉਹਨਾਂ ਨੇ ਕੀ ਕੀਤਾ ਕਿ ਮਹਿਲਾਵਾਂ ਦੇ ਨਾਲ ਵਧੀਕੀ ਕੀਤੀ ਵਿਰੋਧ ਕੀਤਾ ਭਰਾ ਨੇ ਪਹਿਲੇ ਭਰਾ ਨੂੰ ਮਾਰਿਆ ਉਸ ਤੋਂ ਬਾਅਦ ਉਹਨਾਂ ਨੂੰ ਅਣਵਸਤਰ ਕਰਕੇ ਨੰਗਣ ਹਾਲਤ ਦੇ ਵਿੱਚ ਘੁਮਾਇਆ ਗਿਆ ਘੁਮਾਉਣ ਤੋਂ ਬਾਅਦ ਫਿਰ ਵੀ ਨਹੀਂ ਉਹਨਾਂ ਦੀ ਹਵਾਨੀਅਤ ਦਾ ਐਂਡ ਹੋਇਆ ਖੇਤਾਂ 'ਚ ਕਿਤੇ ਦੂਰ ਲੈ ਜਾਂਦੇ ਆ ਅਤੇ ਉੱਥੇ ਜਾ ਕੇ ਰੇਪ ਕਰਦੇ ਨੇ ਅਤੇ ਫਿਰ ਉਹ ਮੌਤ ਦੇ ਘਾਟ ਉਤਾਰ ਦਿੰਦੇ ਨੇ ਸੈਮੀ ਸਾਹਿਬ ਤੁਸੀਂ ਦੇਖੋ ਵੀ ਇਹ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਸਾਰਿਆਂ ਨੂੰ ਦੁੱਖ ਲੱਗਿਆ ਤੇ ਪ੍ਰੋਟੈਸਟ ਵੀ ਹੋਏ ਭਈ ਸਰਕਾਰਾਂ ਚੁੱਪ ਕਿਉਂ ਨੇ ਇਹਨਾਂ ਦੇ ਮੂੰਹ ਕਿਉਂ ਨਹੀਂ ਖੁੱਲਦੇ ਮੰਤਰੀਆਂ ਦੇ ਤੇ ਫਿਰ ਹੁਣ ਯਕੀਨ ਕਰਿਓ ਤੁਸੀਂ ਜਿੱਥੇ ਸਰਕਾਰ ਚੰਗਾ ਕੰਮ ਕਰਦੀ ਹੈ ਤੇ ਅਸੀਂ ਉਹਨੂੰ ਚੰਗਾ ਵੀ ਕਵਾਂਗੇ ਸਲਾਹਾਂਗੇ ਤੇ ਆਮ ਪਾਰਟੀ ਜਿਹੜੀ ਆਪਣੀ ਸਰਕਾਰ ਹੈ ਜੀ ਹੁਣ ਇਹਨਾਂ ਦੇ ਵਿਧਾਇਕ ਇਹਨਾਂ ਦੇ ਵਲੰਟੀਅਰ ਇਹਨਾਂ ਦੇ ਵਰਕਰ ਇਹਨਾਂ ਨੇ ਫਿਰ ਪ੍ਰੋਟੈਸਟ ਕੀਤਾ ਜੀ ਚੰਡੀਗੜ੍ਹ ਦੇ ਵਿੱਚ ਬੈਰੀਅਰ ਵੀ ਤੋੜੇ ਨੇ ਅੱਗੇ ਲੰਘਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਨੇ ਬਸਾਰਾਂ ਵੀ ਪਾਣੀ ਦੀਆਂ ਹੋਈਆਂ ਨੇ ਤੇ ਅੱਗੇ ਤਾਂ ਉਹਨਾਂ ਨੂੰ ਨਹੀਂ ਲੰਘਣ ਦਿੱਤਾ ਪੱਗਾਂ ਵੀ ਗਈਆਂ ਲੱਥ ਪਰ ਉਹ ਕਹਿੰਦੇ ਨੇ ਵੀ ਤੁਸੀਂ ਚੁੱਪ ਕਿਉਂ ਬੋਲੋ ਤੇ ਇਹਨਾਂ ਨੂੰ ਸਜ਼ਾ ਦਿਓ ਕਿਸੇ ਹੱਦ ਤੱਕ ਉਹਨਾਂ ਨੂੰ ਹਟਾਇਆ ਜਾ ਰਿਹਾ ਕਿਸੇ ਹੱਦ ਤੱਕ ਚੁੱਪ ਕਰਵਾਇਆ ਜਾ ਰਿਹਾ ਜਾਂ ਫਿਰ ਸੈਮੀ ਸਾਹਿਬ ਕੋਈ ਇੱਦਾਂ ਦਾ ਮਸਲਾ ਹੋਰ ਤੋੜ ਦੇਣਗੇ ਜਿਹਦੇ ਵਿੱਚ ਸਾਡਾ ਧਿਆਨ ਜਿਹੜਾ ਉੱਧਰ ਵੱਲ ਜਾਏਗਾ ਤੁਹਾਡਾ ਕੀ ਕਹਿਣਾ ਆਪਣਾ ਸੰਸਾਰ ਜੀ ਮੈਂ ਇਹ ਗੱਲ ਕਹਾਂ ਕਿ ਜਿਹੜਾ ਮਨੀਕਰਨ ਦਾ ਏਰੀਆ ਮੈਨੂੰ ਲੱਗਦਾ ਹਿਮਾਚਲ ਦਾ ਏਰੀਆ ਇਹ ਪੰਜਾਬ 'ਚ ਨਹੀਂ ਹੈਗਾ ਜੀ ਜੀ ਤੇ ਹਿਮਾਚਲ ਗੌਰਮੈਂਟ ਨੂੰ ਉਹ ਮਤਲਬ ਕਿ ਐਕਸ਼ਨ ਲੈਣਾ ਚਾਹੀਦਾ ਔਰ ਤੇ ਠੀਕ ਹੈ ਪੰਜਾਬ 'ਚ ਉਹ ਬੜਾ ਪਿਆਰ ਹੈ ਮਨੀਕਰਨ ਦੇ ਨਾਲ ਉਹਨੂੰ ਮਤਲਬ ਕਿ ਇਤਿਹਾਸਿਕ ਹੈ ਹਾਂ ਇਤਿਹਾਸਿਕ ਹੈਗਾ ਔਰ ਤੇ ਐਕਸ਼ਨ ਲਓ ਬੇਸ਼ੱਕ ਸਭ ਕੁਝ ਕਰੋ ਪਰ ਜਿਹੜੀ ਹਿਮਾਚਲ ਗੌਰਮੈਂਟ ਹੈ ਨਾ ਉਹਨਾਂ ਨੂੰ ਇੱਥੇ ਪ੍ਰੋਪਰ ਐਕਸ਼ਨ ਲੈਣਾ ਚਾਹੀਦਾ ਜਿਹੜਾ ਤੇ ਇਹੋ ਕਿਹਾ ਤੇ ਸੈਮੀ ਸਾਹਿਬ ਹੁਣ ਅਪੀਲ ਕਰੋ ਜੀ ਲਾਸਟ ਦੇ ਉੱਤੇ ਤੁਸੀਂ ਸਿੱਖ ਚੈਨਲ ਦੇਖ ਰਹੇ ਹੋ ਪਿਛਲੇ 13 ਸਾਲ ਤੋਂ ਤੇ ਅਸੀਂ ਦਵਿੰਦਰ ਸਿੰਘ ਜੀ ਬਲ ਸਾਡੇ ਬੜੇ ਹੀ ਪਿਆਰੇ ਵੀਰ ਜਿਨ੍ਹਾਂ ਨੇ ਕਿ ਇਹ ਚੈਨਲ ਸ਼ੁਰੂ ਕੀਤਾ ਤੇ ਅੱਜ ਜ਼ਰੂਰਤ ਹੈ ਤੁਹਾਡੀ ਸਾਰੇ ਹੀ ਜੋ ਸਰੋਤਿਆਂ ਦੀ ਸਾਰੇ ਹੀ ਦਰਸ਼ਕਾਂ ਦੀ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਂਸਰ ਕਰੋ ਵੱਧ ਤੋਂ ਵੱਧ ਡਾਇਰੈਕਟ ਅਪਡੇਟ ਭਰੋ ਤਾਂ ਕਿ ਇਹ ਚੈਨਲ ਬੁਲੰਦੀਆਂ 'ਤੇ ਜਾਵੇ ਤੁਹਾਡੀ ਆਵਾਜ਼ ਸਾਰੇ ਹੀ ਸੁਣਨ ਸੋ ਸਾਰਿਆਂ ਅੱਗੇ ਬੇਨਤੀ ਹੈ ਕਿ ਅੱਜ ਤੁਸੀਂ ਜੋ ਵੀ ਆਪਣੀ ਦਸਵੰਧ ਕੱਢਣਾ ਚਾਹੁੰਦੇ ਹੋ ਇਹ ਜ਼ਰੂਰ ਕੱਢੋ ਅਤੇ ਸਿੱਖ ਚੈਨਲ ਨੂੰ ਹੋਰ ਗਾਂ ਲੈ ਕੇ ਜਾਓ ਬੜਾ ਵੱਡਾ ਅਦਾਰਾ ਜੀ ਸਿੱਖ ਚੈਨਲ ਸੋ ਸਿੱਖ ਚੈਨਲ ਦੇ ਨਾਲ ਜਿਹੜੇ ਮੋਢਾ ਮੋਢਾ ਲੱਗ ਚੱਲ ਰਹੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਮੈਂ ਉਸ ਬੱਚਿਆਂ ਦਾ ਵੀ ਧੰਨਵਾਦ ਕਰ ਰਿਹਾ ਜਿਹੜੀ ਆਪਣੀ ਗੋਲਕ 'ਚੋਂ ਆਪਣੀ ਬੁਗਣੀ 'ਚੋਂ ਜਿਹੜੇ ਪੈਸੇ ਜੋੜੇ ਹੁੰਦੇ ਆ ਉਹ ਵੀ ਕੱਢ ਕੇ ਦਿੰਦੇ ਨੇ ਜੀ ਸਾਡੇ ਵੱਲੋਂ ਆਹ ਲਓ ਅਤੇ ਜਿਨ੍ਹਾਂ ਨੇ ਆਪਣੇ ਡਾਇਰੈਕਟ ਡੈਬਿਟ ਹਟਾਏ ਸੀ ਜਾਂ ਦੁਬਾਰਾ ਹੁਣ ਲਵਾਏ ਆ ਉਹਨਾਂ ਦੀ ਮੈਂ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਅਤੇ ਜਿਹੜੇ ਹੁਣ ਉਹਨਾਂ ਦੀ ਹੈਲਪ ਕਰ ਰਹੇ ਆ ਅਤੇ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਇਸੇ ਤਰ੍ਹਾਂ ਸਿੱਖ ਚੈਨਲ ਨਾਲ ਜੁੜੇ ਰਹੋ ਅਤੇ ਦੇਖਦੇ ਰਿਹਾ ਕਰੋ ਜੀ
ਇਹਨੂੰ ਹਰ ਵੀਕ ਖਬਰ ਦੀ ਸਾਰ ਜੀ ਇਹਦੇ ਨਾਲ ਅਸੀਂ ਮਾਫੀ ਮੰਗਦੇ ਹਾਂ ਜੀ ਜੀ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਖਬਰਾਂ ਦੇਖਦੇ ਹੋ ਭਾਵੇਂ ਹੋਵੇ ਰਾਜਨੀਤੀ ਦੀ ਗੱਲ ਜਾਂ ਫਿਰ ਧਰਮ ਦੀ ਪੰਥ ਦੀ ਜਾਂ ਦੁਨੀਆ ਦੀ ਕਿੰਨੀ ਕੁ ਸੱਚਾਈ ਹੈ ਇਹਨਾਂ ਖਬਰਾਂ ਦੇ ਵਿੱਚ ਮੈਂ ਹਰਜਿੰਦਰ ਸਿੰਘ ਸੈਮੀ ਔਰ ਮੈਂ ਸੰਸਾਰ ਸਿੰਘ ਮਾਨ ਕਰਾਂਗੇ ਵਿਚਾਰ ਮੁੱਖ ਖਬਰਾਂ ਤੇ ਦੇਖਣਾ ਨਾ ਭੁੱਲਣਾ ਖਬਰ ਦੀ ਸਾਰ ਹਰ ਵੀਰਵਾਰ ਸ਼ਾਮੀ 6:30 ਵਜੇ